ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਗਰਮੀ ਹੈਗੀ ਹੈ, ਤਾਪਮਾਨ ਵੱਧਦਾ ਜਾ ਰਿਹਾ ਹੈ। ਤਾਪਮਾਨ ਦੇ ਨਾਲ ਨਾਲ ਜਿਹੜੀ ਇਮੀਗ੍ਰੇਸ਼ਨ ਦਾ ਪਾਰਾ ਹੈ ਉਹ ਵੀ ਦਿਨ ਪ੍ਰਤੀ ਦਿਨ ਚੜ੍ਹਦਾ ਜਾ ਰਿਹਾ ਹੈ। ਰਿਜ਼ਲਟ ਆਉਣ ਵਾਲੇ ਨੇ, ਬੱਚੇ ਇਮੀਗ੍ਰੇਸ਼ਨ ਇੰਡਸਟਰੀ ਨੂੰ ਲੈ ਕੇ ਰੋਜ਼ ਅਸੈਸਮੈਂਟ ਕਰਾਉਂਦੇ ਨੇ, ਆਈਲਸ ਸੈਂਟਰਾਂ ਦੇ ਵਿੱਚ ਪੂਰੀ ਭਰਮਾਰ ਹੈ। ਪਰ ਤੁਹਾਨੂੰ ਕੁਛ ਕਾਫੀ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਵਾਲੀਆਂ ਨੇ ਇਸ ਵਕਤ, ਕੈਨੇਡਾ ਵਾਲਿਆਂ ਨੂੰ ਅਲੱਗ ਤੋਂ, ਆਸਟ੍ਰੇਲੀਆ ਵਾਲਿਆਂ ਨੂੰ ਅਲੱਗ ਤੋਂ, ਨਿਊਜ਼ੀਲੈਂਡ ਵਾਲਿਆਂ ਨੂੰ ਅਲੱਗ ਤੋਂ। ਸੋ ਅੱਜ ਦਾ ਜਿਹੜਾ ਸ਼ੋਅ ਅਸੀਂ ਡੈਡੀਕੇਟਡ ਕਰਨ ਜਾ ਰਹੇ ਹਾਂ ਵਿਦਿਆਰਥੀਆਂ ਲਈ, ਜਿਨ੍ਹਾਂ ਨੇ ਸਪੈਸ਼ਲੀ ਆਸਟ੍ਰੇਲੀਆ ਜਾਣਾ ਔਰ ਸਪੋਸ 'ਤੇ ਜਾਣਾ ਹੈਗਾ ਜਾਂ ਚੰਗੀਆਂ ਥਾਵਾਂ 'ਤੇ ਜਾਣਾ, ਚੰਗੀਆਂ ਯੂਨੀਵਰਸਿਟੀ 'ਚ ਜਾਣਾ ਹੈਗਾ, ਉਹਨਾਂ ਲਈ ਕੀ ਆਪਸ਼ਨਸ ਹੈਗੀ ਹੈ। VIC ਜੋ ਕਿ 20 ਸਾਲ ਪੁਰਾਣੀ ਕੰਪਨੀ ਹੈਗੀ ਹੈ, ਡਾਇਰੈਕਟ ਟਾਈ ਅਪਸ ਨੇ, ਉਹਨਾਂ ਦੇ ਐਕਸਪਾਇਰਡਸ ਸਾਡੇ ਨਾਲ ਜੁੜੇ ਹੋਏ ਨੇ, ਪ੍ਰਸ਼ਾਂਤ ਮਹਿਰਾ ਜੀ ਔਰ ਪਰਮਵੀਰ ਜੀ। ਪਰਮਵੀਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਮੇਰਾ ਸਭ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਕਰਨਾ ਚਾਹੂੰਗਾ। ਇਸ ਵਕਤ ਮੈਂ ਤੁਹਾਡੇ ਵੱਲ ਆਊਂਗਾ। ਮੇਰਾ ਸਭ ਤੋਂ ਪਹਿਲਾਂ ਤਾਂ ਚੇਂਜਸ ਕੁਛ ਖਾਸ ਬੱਚੇ ਉਡੀਕ ਰਹੇ ਨੇ, ਕਿਉਂਕਿ ਪਿਛਲੇ 3-4 ਦਿਨ ਤੋਂ ਜਿਹੜੀਆਂ ਖਬਰਾਂ ਲੱਗ ਰਹੀਆਂ ਨੇ ਉਹ 4-5-7 ਦੀਆਂ। ਬਹੁਤ ਸਾਰੇ ਅਦਾਰਿਆਂ ਨੂੰ ਵੀ ਇਹਦੇ ਬਾਰੇ ਨਹੀਂ ਪਤਾ ਕਿ ਬੇਸਿਕਲੀ ਜਿਹੜੀ ਇਹ ਖਬਰ ਹੈ ਕਿਵੇਂ ਲਾਉਣੀ ਸੀਗੀ। ਕਈਆਂ ਨੇ ਗਲਤ ਛਾਪਤੀ ਹੈ, ਕਈਆਂ ਨੇ ਠੀਕ ਵੀ ਲਾਈ ਆ, ਬੱਚਿਆਂ ਤੱਕ ਸਹੀ ਖਬਰ ਨਹੀਂ ਪਹੁੰਚ ਪਾਈ। 4-5-7 ਦਾ ਅਸਰ ਸਟੂਡੈਂਟਸ 'ਤੇ ਨਹੀਂ ਪੈਣਾ, ਪਰ ਫਿਰ ਵੀ ਮਹਿਰਾ ਜੀ ਮੇਰੇ ਖਿਆਲ ਠੀਕ ਢੰਗ ਨਾਲ ਦੱਸ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਜਿਹੜਾ ਤੁਸੀਂ ਕਹਿ ਰਹੇ ਹੋ ਸਟੂਡੈਂਟਸ ਦੇ ਵਿੱਚ ਕਾਫੀ ਪੈਨਿਕ ਹੋ ਗਿਆ, ਕਾਫੀ ਲੋਕ ਸਵਾਲ ਕਰ ਰਹੇ ਨੇ 4-5-7 ਦਾ ਕੀ ਹੈ ਕੀ ਨਹੀਂ ਹੈਗਾ। ਪਹਿਲੀ ਗੱਲ ਤਾਂ ਜੀ ਮੋਟੀ ਜੀ, 4-5-7 ਦਾ ਸਟੂਡੈਂਟਸ 'ਤੇ ਕੋਈ ਇੰਪੈਕਟ ਨਹੀਂ ਹੈ। ਅਗਰ ਕਿਸੇ ਨੇ ਢੰਗ ਨਾਲ ਆਰਟੀਕਲ ਪੜ੍ਹਿਆ ਹੋਏਗਾ ਤਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਵੀ ਇਹ ਰਿਲੀਜ਼ ਦਿੱਤੀ ਹੈ ਕਿ ਇਸ 'ਤੇ ਸਟੂਡੈਂਟਸ ਦਾ ਕੋਈ ਇੰਪੈਕਟ ਨਹੀਂ ਰਹੇਗਾ। 4-5-7 ਜਿਹੜਾ ਵੀਜ਼ਾ ਸੀਗਾ ਜੀ, ਉਹ ਇੰਪਲੋਇਰ ਸਪੋਂਸਰਡ ਵਰਕ ਵੀਜ਼ਾ ਸੀਗਾ। ਜਿਹੜੇ ਉੱਥੇ ਇੰਪਲੋਇਮੈਂਟ ਦਿੰਦੇ ਸੀਗੇ, ਇੰਡੀਆ ਤੋਂ ਬੱਚੇ ਬੁਲਾ ਲਏ ਪੈਸੇ ਲੈ ਕੇ, ਉਹ ਐਕਸਪਲੋਇਟੇਸ਼ਨ ਚੱਲ ਰਹੀ ਸੀਗੀ ਥੋੜ੍ਹੀ ਦੀ। ਤਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਇਹ ਦੇਖਿਆ ਜੀ, ਕਿਸੇ ਨੇ ਆਪਣਾ ਰੈਸਟੋਰੈਂਟ ਖੋਲ ਲਿਆ, ਉੱਥੇ ਢਾਬਾ ਖੋਲ ਲਿਆ, ਤਾਂ ਉਸ ਦੇ ਨਾਲ ਬੱਚੇ ਨੂੰ ਬੁਲਾਉਣਾ ਸ਼ੁਰੂ ਕਰਤਾ ਜੀ ਪੈਸੇ ਲੈ ਕੇ। ਤਾਂ ਕਾਰੋਬਾਰ ਬੰਦਾ ਸੀਗਾ ਜੀ, ਇੰਡੀਆ ਤੋਂ 4 ਬੰਦੇ ਬੁਲਾ ਲਏ ਜੀ, ਸ਼ੈਫ ਬੁਲਾ ਲਏ, ਕੁੱਕ ਬੁਲਾ ਲਏ, ਤਾਂ ਉਹ ਵੀਜ਼ਾ ਲਵਾ ਦੇ ਉਹਨਾਂ 'ਤੇ, ਅਤੇ ਬਈ ਬਾਅਦ 'ਚ PR ਹੋ ਜਾਂਦੀ ਸੀ। ਆਸਟ੍ਰੇਲੀਅਨ ਗਵਰਨਮੈਂਟ ਨੂੰ ਰਿਲਾਈਜ਼ ਹੋ ਗਿਆ, ਅਤੇ 4-5-7 ਨਾਲ ਜੈਨੂਇਨ ਸਟੂਡੈਂਟ ਨੂੰ ਕੋਈ ਪੰਗਾ ਨਹੀਂ ਹੈ। ਉਹ ਜਿਹੜੇ ਜੋਬਸ ਨੇ ਉਹ ਬਾਅਦ 'ਚੋਂ ਜੈਨੂਇਨ ਸਟੂਡੈਂਟਸ ਦੇ ਹੱਥ ਹੀ ਆਉਣਗੀਆਂ। ਤਾਂ ਇਸ ਚੀਜ਼ ਦਾ ਤਾਂ ਮੈਂ ਕਹਾਂਗਾ ਫਾਇਦਾ ਹੀ ਹੋਇਆ ਸਟੂਡੈਂਟਸ ਨੂੰ, ਜੈਨੂਇਨ ਜਿਹੜੀ ਕੈਟੇਗਰੀ ਹੈਗੀ ਨੇ। ਫਰੋਡੀ ਜਿਹੜੇ ਸਟੂਡੈਂਟਸ ਸੀਗੇ, ਜਿਹੜੇ ਏਜੰਟਸ ਉਹ ਕੰਮ ਕਰਦੇ ਸੀਗੇ, ਉਹ ਮਰਨਗੇ ਜੀ ਬਿਲਕੁਲ, ਅਤੇ ਜੈਨੂਇਨ ਸਟੂਡੈਂਟ ਅਤੇ ਜੈਨੂਇਨ ਏਜੰਟ ਸਰਵਾਈਵ ਕਰੇ। ਹੁਣ ਸਵਾਲ ਇੱਥੇ ਆ ਕੇ ਖੜਾ ਹੋ ਜਾਂਦਾ ਹੈ, ਜਿਹੜਾ ਅੱਜ ਦਾ ਸ਼ੋਅ ਡੈਡੀਕੇਟਡ ਕਰਨ ਜਾ ਰਹੇ ਹਾਂ, ਕਿ ਸਟੂਡੈਂਟਸ ਨੂੰ 25-30 ਲੱਖ ਰੁਪਇਆ ਖਰਚ ਕੇ ਜੋਬਸ ਕਿਉਂ ਖਰੀਦਣੀ ਪਈ? ਪਹਿਲਾਂ ਤਾਂ ਗੈਰ ਕਾਨੂੰਨੀ ਹੈ ਕਿ ਤੁਸੀਂ ਖਰੀਦ ਨਹੀਂ ਸਕਦੇ, ਇਹ ਸਖਤ ਗੈਰ ਕਾਨੂੰਨ ਕੰਮ ਹੈ, ਫਿਰ ਵੀ ਕਈਆਂ ਨੇ ਲਕੋਚ ਪੋ ਕੇ ਲੈ ਲਈ, ਪਰ ਕੀ ਲੋੜ ਪਈ ਜਿਹੜੇ 30-25% ਲੋਕਾਂ ਨੂੰ ਜੋਬ ਖਰੀਦਣੀ ਪਈ ਆਪਣੇ ਬਲਬੂਤੇ 'ਤੇ, ਪੱਕੇ ਨਹੀਂ ਹੋ ਪਾਏ? ਇਹਦਾ ਜਿਹੜਾ ਕੰਮ ਹੈ ਉਹ ਪੰਜਾਬ ਤੋਂ ਏਜੰਟ ਤੋਂ ਸ਼ੁਰੂ ਹੋ ਜਾਂਦਾ, ਜਿਹੜਾ ਆਪਣੇ ਲਾਲਚ ਦੇ ਵਿੱਚ ਤੁਹਾਨੂੰ ਗਲਤ ਕਾਲਜ, ਗਲਤ ਕੋਰਸ, ਗਲਤ ਏਰੀਆ ਦੇ ਵਿੱਚ ਭੇਜਦਾ, ਸਹੀ ਢੰਗ ਨਾਲ ਜਿਹੜੀ ਹੈਗੀ ਹੈ ਉਹ ਕਾਉਂਸਲਿੰਗ ਨਹੀਂ ਕਰਦਾ। ਪਰਮਵੀਰ ਜੀ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਬੱਚਿਆਂ ਨੂੰ ਖਰੀਦਣੀ ਪਈ ਜੋਬ, ਉਹਦੇ ਪਿੱਛੇ ਮੰਨਦੇ ਹੋ ਕਿ ਪੰਜਾਬ ਤੋਂ ਗਲਤ ਤਰੀਕੇ ਨਾਲ ਭੇਜਿਆ ਜਾਂਦਾ? ਦੇਖੋ ਜੀ, ਪੰਜਾਬ ਤੋਂ ਕੁਛ ਬੱਚੇ ਪੰਜਾਬ ਤੋਂ ਗਲਤ ਤਰੀਕੇ ਨਾਲ ਚਲੇ ਜਾਂਦੇ ਆ, ਕੁਛ ਬੱਚੇ ਉੱਥੇ ਜਾ ਕੇ ਗਲਤ ਤਰੀਕਾ ਅਪਣਾ ਲੈਂਦੇ ਆ। ਇਹ ਦੋਨੋਂ ਹੀ ਚੀਜ਼ਾਂ ਫੈਕਟਰ ਨੇ ਇਸ ਚੀਜ਼ ਦੇ ਵਿੱਚ ਆਪਾਂ ਗੱਲ ਕਰੀਏ। ਇਹਦਾ ਬੇਸਿਕ ਰੀਜ਼ਨ ਦੋ ਹੀ ਨੇ। ਇੱਕ ਤਾਂ ਜਦੋਂ ਸਟੂਡੈਂਟ ਦਾ, ਜੇ ਸਪੋਜ਼ ਕਰੋ ਮੈਂ ਇੱਕ ਕਮਰਸ ਦਾ ਗ੍ਰੈਜੂਏਟ ਹਾਂ, ਅਤੇ ਮੈਨੂੰ ਤੁਸੀਂ ਜੇ ਨਰਸਿੰਗ ਦੇ ਵਿੱਚ ਪਾ ਦਿਓਗੇ ਤਾਂ ਮੈਂ ਕੋਰਸ ਕੰਪਲੀਟ ਹੀ ਨਹੀਂ ਕਰ ਪਾਊਂਗਾ ਜੀ। ਠੀਕ ਹੈ ਨਾ ਜੀ? ਪਹਿਲੀ ਗੱਲ ਤਾਂ ਵੈਸੇ ਵੀਜ਼ਾ ਨਹੀਂ ਆਉਂਦਾ, ਜੇ ਇਨ ਕੇਸ ਕਿਸੇ ਬੱਚੇ ਦਾ ਵੀਜ਼ਾ ਆ ਵੀ ਜਾਂਦਾ ਹੈਗਾ ਤਾਂ ਉਹ ਉਸ ਕੋਰਸ ਨੂੰ ਕੰਪਲੀਟ ਨਹੀਂ ਕਰ ਪਾਏਗਾ। ਕੋਰਸ ਕੰਪਲੀਟ ਨਹੀਂ ਹੋਏਗਾ, ਪਹਿਲੀ ਸ਼ਰਤ ਹੁੰਦੀ ਹੈ ਜਦੋਂ ਵੀ ਕੋਈ ਆਪਾਂ ਸਟੂਡੈਂਟ ਭੇਜਦੇ ਹਾਂ ਮਾਸਟਰਸ ਜਾਂ ਬੈਚਲਰਸ ਵਾਸਤੇ, ਉਹਨੂੰ ਉੱਥੇ ਜਾ ਕੇ 2 ਸਾਲ ਦਾ ਵਰਕ ਵੀਜ਼ਾ ਮਿਲਦਾ ਹੈ। ਉਹ ਵਰਕ ਵੀਜ਼ਾ ਦਾ ਇੱਕੋ ਹੀ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਆਪਣਾ ਕੋਰਸ ਕੰਪਲੀਟ ਕਰਨਾ ਜਿਹੜੇ ਕੋਰਸ ਦੇ ਵਿੱਚ ਤੁਸੀਂ ਆਏ ਹੋ। ਜਦੋਂ ਬੱਚਾ ਉਹ ਕੋਰਸ ਕੰਪਲੀਟ ਨਹੀਂ ਕਰ ਪਾਉਂਦਾ ਤਾਂ ਉਸਦੇ ਕੋਲ ਕੋਈ ਆਪਸ਼ਨ ਨਹੀਂ ਬਚਦੀ, ਉਹ ਇੱਕ ਛੋਟੇ ਡਿਪਲੋਮੇ ਦੇ ਵਿੱਚ ਚਲਾ ਜਾਂਦਾ। ਇੱਕ ਤਾਂ ਕੈਟਾਗਰੀ ਏ ਵਾਲੇ ਸਟੂਡੈਂਟਸ ਹੀ ਹੋਊਗੇ। ਹੁਣ ਉੱਥੇ ਉਹ ਡਿਪਲੋਮਾ ਦੇ ਵਿੱਚ ਗਿਆ ਤਾਂ ਡਿਪਲੋਮੇ ਤੋਂ ਬਾਅਦ ਉਹਨੂੰ ਪੋਸਟ ਸਟੱਡੀ ਵਰਕ ਵੀਜ਼ਾ ਦੀ ਰਾਈਟਸ ਨਹੀਂ ਰਹਿਣਗੀਆਂ। ਠੀਕ ਹੈ ਜੀ, ਉਹ ਖਤਮ ਹੋ ਗਏ, ਉਹ ਖਤਮ ਹੋ ਗਈਆਂ ਉਹਦੀਆਂ। ਠੀਕ ਹੈ, ਉਹਨੇ ਡਿਪਲੋਮਾ ਕੀਤਾ 6 ਮਹੀਨੇ ਸਾਲ ਦਾ, ਉਸ ਤੋਂ ਬਾਅਦ ਉਹਦੇ ਕੋਲ ਕੋਈ ਆਪਸ਼ਨ ਨਹੀਂ ਹੈ, ਉਹਨੂੰ ਉੱਥੇ ਪੈਸੇ ਦੇ ਕੇ 2 ਨੰਬਰ ਦਾ ਕੁਛ ਨਾ ਕੁਛ ਕਰਨਾ ਪੈ। ਤਾਂ ਪਹਿਲੀ ਸਿਚੁਏਸ਼ਨ ਇਹੀ ਹੈ ਕਿ ਸਟੂਡੈਂਟ ਨੂੰ ਪਹਿਲਾਂ ਕੋਰਸ ਸਿਲੈਕਸ਼ਨ, ਮੈਂ ਕਹਾਂਗਾ ਏਜੰਟ ਦੀ ਸਿਲੈਕਸ਼ਨ ਅੱਛੀ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹੈ, ਸੋ ਦੈਟ ਕਿ ਤੁਹਾਨੂੰ ਤੁਹਾਡਾ ਏਜੰਟ, ਤੁਹਾਡਾ ਕੰਸਲਟੈਂਟ ਤੁਹਾਨੂੰ ਇੱਕ ਸਹੀ ਕੋਰਸ ਦੇ ਵਿੱਚ ਭੇਜੇ ਜੀ, ਤੁਹਾਨੂੰ ਉੱਥੇ ਜਾ ਕੇ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ। ਇਹ ਬੇਸਿਕ ਇੱਕ ਇਸ਼ੂ ਹੈ। ਦੂਸਰਾ ਇਸ਼ੂ ਉਹਨਾਂ ਬੱਚਿਆਂ ਦਾ ਹੈ ਜਿਹੜੇ ਬੱਚੇ ਉਰੇ ਤੋਂ ਚਲੇ ਤਾਂ ਜਾਂਦੇ ਆ ਮਾਸਟਰ ਡਿਗਰੀ ਦੇ ਵਿੱਚ ਜਾਂ ਗ੍ਰੈਜੂਏਟ ਡਿਗਰੀ ਦੇ ਵਿੱਚ ਬੈਚਲਰਸ ਕਰਨ, ਉੱਥੇ ਜਾ ਕੇ ਕੁਛ ਮਤਲਬ ਆਪਣੇ ਪੰਜਾਬ ਵਾਂਗੂ ਏਜੰਟਸ ਉੱਥੇ ਵੀ ਹੈਗੇ ਆ, ਤਾਂ ਉਹ ਏਜੰਟਸ ਦੇ ਕੋਲ ਔਨ ਸ਼ੋਰ ਜਿਹੜਾ ਸਟੂਡੈਂਟ ਆ ਜਾਂਦਾ, ਔਨ ਸ਼ੋਰ ਕਹਿੰਦੇ ਆ ਉਹ, ਜਿਹੜਾ ਸਟੂਡੈਂਟ ਉੱਥੇ ਪਹੁੰਚ ਕੇ ਉੱਥੇ ਜਾ ਕੇ ਔਨ ਸ਼ੋਰ ਸਟੂਡੈਂਟ ਦੇ ਉੱਤੇ ਕੰਸਨਟ੍ਰੇਟ ਕਰਦਾ ਵੀ ਤੂੰ ਰਾਜੇ ਉਰੇ ਆਇਆ ਹੈਗਾ, ਤੂੰ ਇੰਨੀ ਫੀਸ ਦੇ ਰਿਹਾ, ਸਸਤੇ 'ਚ ਆ ਜਾ। ਉਸ ਦੀ ਦੇਖੋ, ਕੋਈ ਵੀ ਸਟੂਡੈਂਟ ਹੈ ਜੇ ਪਲੱਸ 2 ਆ ਚਾਹੇ ਗ੍ਰੈਜੂਏਟ
ਉਹਨੂੰ ਉੱਥੇ ਉਹਨੂੰ ਆਪਣੇ $500,000 ਦੀ ਕਮਿਸ਼ਨ ਆਣੀ ਆ, ਜਿਹਦੇ ਪਿੱਛੇ ਉਹ ਉਹਦਾ ਕਾਲਜ ਜਾਂ ਯੂਨੀਵਰਸਿਟੀ ਸ਼ਿਫਟ ਕਰਵਾ ਦਿੰਦਾ। ਬਿਲਕੁਲ ਠੀਕ ਹੈ। ਜਦੋਂ ਹੁਣ ਉਹ ਬੱਚਾ ਉਸਦੀ ਗੱਲ ਦੇ ਵਿੱਚ ਜਾਂ ਕਿਸੇ ਦੀ ਗੱਲ ਦੇ ਵਿੱਚ ਜਾਂ ਆਪਣੀ ਡਿਸੀਜ਼ਨ ਦੇ ਨਾਲ ਇੱਕ ਗਲਤ ਕਾਲਜ ਦੇ ਵਿੱਚ ਚਲਾ ਜਾਂਦਾ, ਉੱਥੇ ਬੈਚਲਰ ਡਿਗਰੀ ਛੱਡ ਕੇ ਡਿਪਲੋਮਾ ਦੇ ਵਿੱਚ ਚਲਾ ਜਾਂਦਾ, ਤਾਂ ਹੁਣ ਉਹ ਡਿਪਲੋਮਾ ਕੰਪਲੀਟ ਕਰਦਾ ਉਹਨੂੰ ਅਗੇਨ ਫਿਰ PSWP ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲਦਾ। ਜਦੋਂ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲਣਾ ਤਾਂ ਫਿਰ ਉਹਦੇ ਕੋਲ ਵੀ ਕੋਈ ਆਪਸ਼ਨ ਨਹੀਂ ਰਹਿੰਦੀ, ਉਹ ਵੀ ਉੱਥੇ ਪੈਸੇ ਜਿੰਨੇ ਬਚਾਏ ਸੀ ਉਹ ਦੇਣੇ ਪੈ ਜਾਂਦੇ ਆ ਦੁਬਾਰਾ, ਉਸ ਤੋਂ ਜ਼ਿਆਦਾ ਦੇਣੇ ਪੈ ਜਾਂਦੇ ਆ ਜੀ। ਪੰਜਾਬੀ ਦੀ ਕਹਾਵਤ ਹੈ ਵੀ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਰਹਿੰਦੀ ਹੈ। ਸੋ ਜਦੋਂ ਤੁਸੀਂ ਇਹ ਪਰਮਵੀਰ ਜੀ ਇਹਨਾਂ ਦਾ ਕਹਿਣਾ ਹੈਗਾ, ਜਦੋਂ ਇੱਥੋਂ ਲੈ ਕੇ ਜਾਂਦੇ ਹੋ ਕਾਉਂਸਲਿੰਗ, ਕਾਉਂਸਲਿੰਗ ਵੀ ਕਿਤੋਂ ਲੈਣੀ ਹੈ ਵੀ ਇੱਕ ਬਹੁਤ ਵੱਡਾ ਫੈਕਟਰ ਡਿਸਾਈਡ ਕਰਨਾ ਤੁਸੀਂ ਕਿ ਕਿੱਥੇ ਜਾਈਏ। ਮੈਂ ਪ੍ਰਮੋਟ ਨਹੀਂ ਕਰ ਰਿਹਾ, ਬਹੁਤ ਸਾਰੀਆਂ ਕੰਪਨੀਆਂ ਨੇ ਜਿਹਦੇ ਵਿੱਚ VIC ਵੀ ਸ਼ਾਮਿਲ ਹੈ, ਹੋਰ ਬਹੁਤ ਸਾਰੀਆਂ ਕੰਪਨੀਆਂ ਨੇ, ਮੈਂ ਇਕੱਲੀ ਨਹੀਂ ਕਰ ਰਿਹਾ, ਚੰਗਾ ਕੰਮ ਕਰ ਰਹੇ ਨੇ, 15-20 ਸਾਲ ਤੋਂ ਆਸਟ੍ਰੇਲੀਆ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਡਾਇਰੈਕਟ ਟਾਈਅਪਸ ਨੇ, ਚੰਗੀ ਕਾਉਂਸਲਿੰਗ ਹੈਗੀ, ਚੰਗੇ ਦਫ਼ਤਰ ਨੇ ਜਿਨ੍ਹਾਂ ਨੇ ਸਿਰਫ ਤੁਹਾਡਾ ਜਦੋਂ ਭੇਜਣਾ ਤਾਂ ਉੱਧਰੋਂ ਜਿਹੜੀ ਕਮਿਸ਼ਨ ਆਣੀ ਹੈ ਉਹ ਕਮਾਈ ਹੈ। ਇੱਥੇ ਫੰਡਾਂ ਦੇ ਨਾਮ 'ਤੇ ਪੈਸੇ ਖਾ ਜਾਂਦੇ ਆ, ਇੱਥੇ ਹੋਰ ਬਹੁਤ ਤਰੀਕੇ ਨੇ ਜਿਹੜੇ ਕਿ ਤੁਹਾਨੂੰ ਦੱਸਾਂਗੇ ਕਿ ਧਾਂਦਲੀਆਂ ਕਿਵੇਂ ਆਸਟ੍ਰੇਲੀਆ ਦੇ ਵਿੱਚ ਹੋ ਰਹੇ ਨੇ। ਇੱਕ ਸਵਾਲ ਹੋਰ ਪਰਮਵੀਰ ਜੀ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਇੱਕ ਬੱਚੇ ਨੇ ਡਿਪਲੋਮਾ ਜਿਹੜਾ ਹੈਗਾ ਇੱਥੋਂ ਗਿਆ, ਡਿਪਲੋਮਾ ਖਤਮ ਕਰ ਲਿਆ ਫੋਰ ਐਗਜ਼ਾਮਪਲ, ਕੀ PSW ਮਿਲਣਾ ਹੀ ਮਿਲਣਾ ਹੈ, ਉਹਦੀ ਕੋਈ ਹੋਰ ਸ਼ਰਤ ਹੈ ਵੀ 6 ਬੈਂਡ ਚਾਹੀਦੇ ਆ ਜਾਂ ਇੰਨੇ ਪਰਸੈਂਟ ਚਾਹੀਦੇ ਆ? ਨਹੀਂ ਦੇਖੋ, ਜੇ ਪੋਸਟ ਸਟੱਡੀ ਵਰਕ ਵੀਜ਼ਾ ਵੈਸੇ ਬੈਚਲਰਸ ਜਾਂ ਮਾਸਟਰਸ ਵਾਸਤੇ ਦਿੱਤਾ ਜਾਂਦਾ, ਡਿਪਲੋਮੇ 'ਚ ਨਹੀਂ। ਡਿਪਲੋਮਾ ਦੇ ਵਿੱਚ ਜਿਹੜਾ SOL ਲਿਸਟ ਦੇ ਵਿੱਚ ਕੁਝ ਡਿਪਲੋਮਾ ਹੋਣਾ ਚਾਹੀਦਾ। ਡਿਪਲੋਮਾ ਦੇ ਵਿੱਚ ਮੈਂ ਕਹਾਂਗਾ ਵੀਜ਼ਾ ਦੀ ਸਕਸੈਸ ਪਹਿਲਾਂ ਹੀ ਬਹੁਤ ਘੱਟ ਆ। ਆਲਰੇਡੀ ਜੇ ਆਪਾਂ ਗੱਲ ਕਰੀਏ ਤਾਂ ਅਰਾਊਂਡ 25-30% ਬੱਚਿਆਂ ਨੂੰ ਹੀ ਵੀਜ਼ਾ ਮਿਲਦਾ ਹੈ, ਤਾਂ ਅਸੀਂ ਤਾਂ ਡਿਪਲੋਮਾ ਦੇ ਵਿੱਚ ਕਦੀ ਵੀ ਬੱਚੇ ਨੂੰ ਰੈਫਰ ਨਹੀਂ ਕਰਦੇ, ਵੀ ਆਰ ਸੈਂਡਿੰਗ ਸਟੂਡੈਂਟ ਡਾਇਰੈਕਟਲੀ ਟੂ ਬੈਚ। ਦੋ ਨੁਕਸਾਨ ਪਏ, ਵੀਜ਼ਾ ਨਹੀਂ, ਉਸ ਤੋਂ ਬਾਅਦ PSW ਨਹੀਂ ਹੈ ਜੀ। ਉਸ ਤੋਂ ਬਾਅਦ ਕੀ ਕਰੇਗਾ ਬੱਚਾ, ਫਿਰ ਉਹ ਪੜ੍ਹਾਈ ਖਤਮ ਕੀਤੀ ਅਗਲੇ 'ਚ ਦਾਖਲਾ ਲੈ। ਉਸ ਤੋਂ ਬੈਨੀਫਿਟ ਇਹ ਹੈ ਕਿ ਤੁਸੀਂ ਜਦੋਂ ਕੋਰਸ ਸਿਲੈਕਸ਼ਨ ਕਰਨੀ ਹੈ ਪਹਿਲਾਂ ਹੀ ਕਿਉਂ ਨਾ ਤੁਸੀਂ ਬੈਚਲਰਸ ਜਾਂ ਮਾਸਟਰ ਦੇ ਜਾਓ, ਜਿਸ ਨੂੰ ਪੜ੍ਹਨ ਦੇ ਨਾਲ ਤੁਹਾਨੂੰ ਬੈਨੀਫਿਟ ਹੋਏਗਾ। ਮੈਂ ਬੜੀ ਵਾਰ ਦੱਸਿਆ ਵੀ ਫਿਰ ਦੁਬਾਰਾ ਦੱਸਣਾ ਚਾਹਾਂਗਾ ਕਿ ਜਦੋਂ ਸਟੂਡੈਂਟ ਇੱਕ ਯੂਨੀਵਰਸਿਟੀ ਦੇ ਵਿੱਚੋਂ ਪੜ੍ਹਦਾ ਤਾਂ ਯੂਨੀਵਰਸਿਟੀ ਦੀ ਵਰਲਡ ਵਾਈਡ ਰੈਂਕਿੰਗ ਹੈਗੀ ਆ, ਉਹਦਾ ਜਿਹੜਾ ਰਿਜ਼ਿਊਮ ਬਣੇਗਾ ਆਫਟਰ ਦੀ ਕੰਪਲੀਸ਼ਨ, ਉਹਦੀ ਜਦੋਂ ਕੋਰਸ ਕੰਪਲੀਟ ਹੋਏਗਾ ਤਾਂ ਉਸ ਰਿਜ਼ਿਊਮ ਦੇ ਵਿੱਚ ਉਹਦੀ ਜਿਹੜੀ ਡਿਗਰੀ ਦੀ ਵੈਲਿਊ ਹੋਏਗੀ ਜੀ। ਹੁਣ ਆਪਾਂ ਜੇ ਗੱਲ ਕਰੀਏ ਤਾਂ ਪੰਜਾਬੀ ਯੂਨੀਵਰਸਿਟੀ ਦਾ ਜਾਂ ਪੰਜਾਬ ਯੂਨੀਵਰਸਿਟੀ ਜਾਂ IIT ਦੀ ਗੱਲ ਕਰੀਏ ਤਾਂ IIT ਤੋਂ ਜਾਂ IIM ਤੋਂ ਜੇ ਬੱਚੇ ਨੇ ਮਾਸਟਰਸ ਡਿਗਰੀ ਕੀਤੀ ਹੈ, IIT ਤੋਂ ਬੈਚਲਰ ਡਿਗਰੀ ਕੀਤੀ ਆ, ਤਾਂ ਉਹਦੀ ਇੱਕ ਰਿਕੋਗਨੀਸ਼ਨ ਆ, ਉਹਦੀ ਇੱਕ ਵੈਲਿਊ ਆ। ਜਦੋਂ ਇੰਡਸਟਰੀ ਦੇ ਵਿੱਚ ਜੋਬ ਲੱਭਣ ਜਾਂਦਾ ਤਾਂ ਉਹਨੂੰ ਬਹੁਤ ਅੱਛੀ ਜੋਬ ਮਿਲਦੀ ਹੈ ਜੀ, ਉਸਦੇ ਲਈ ਬੈਨੀਫਿਟ ਆ। ਹੁਣ ਜੇ ਮੈਂ ਗੱਲ ਕਰਾਂ ਕਿ ਹਾਂ ਉਹ ਗਲੀ ਨੁੱਕੜ ਦੇ ਉੱਤੇ ਕੋਈ ਕਾਲਜ ਖੁੱਲਿਆ ਹੋਇਆ ਹੈਗਾ ਜਾਂ ਕੋਈ ਡਿਸਟੈਂਸ ਐਜੂਕੇਸ਼ਨ ਨਾਲ ਬੱਚੇ ਨੇ ਸਟੱਡੀ ਕੀਤੀ ਆ, ਵੀ ਉਹਨੂੰ ਵੀ ਉਹੀ ਬੈਨੀਫਿਟ ਮਿਲੇਗਾ? ਨਹੀਂ, ਡਿਗਰੀ ਸੇਮ ਆ, ਡਿਗਰੀ MBA ਦੀ ਬੱਚੇ ਨੇ IIM ਤੋਂ ਕੀਤੀ ਆ, ਡਿਗਰੀ ਉਰੇ ਇੱਕ ਸਟੱਡੀ ਸੈਂਟਰ ਤੋਂ ਕੀਤੀ, ਲੇਕਿਨ ਜਿਹੜਾ IIM ਤੋਂ ਬੱਚਾ ਕਰਦਾ ਹੈਗਾ ਡਿਗਰੀ ਤਾਂ ਉਸਨੂੰ ਲੱਗਦਾ ਹੀ ਅਗਲਾ ਕਹਿੰਦਾ ਯਾਰ 2 ਲੱਖ ਰੁਪਏ ਦੀ ਸੈਲਰੀ, ਉਰੇ ਵਾਲਿਆਂ ਨੂੰ ਕੋਈ 20,000 ਨਹੀਂ ਦਿੰਦਾ। ਉਹਦੇ ਪਿੱਛੇ ਰੀਜ਼ਨ ਆ, ਰੀਜ਼ਨ ਉਹਦੀ ਐਜੂਕੇਸ਼ਨ ਦਾ ਹੈ, ਉਹਦੀ ਨੌਲੇਜ ਦਾ ਹੈ। ਜਦੋਂ ਬੱਚਾ ਇੱਕ ਅੱਛੀ ਯੂਨੀਵਰਸਿਟੀ ਤੋਂ ਪੜ੍ਹਦਾ ਤਾਂ ਉਹਦੀ ਨੌਲੇਜ ਵੱਧਦੀ ਹੈ ਜੀ। ਪ੍ਰਸ਼ਾਂਤ ਜੀ, ਇੱਕ GTE ਦਾ ਹਿੱਸਾ ਹੈ, GTE ਕਾਲਜ ਨੂੰ ਮਤਲਬ ਬਿਲਕੁਲ ਦਿੰਦੇ ਨੇ ਕਿ ਤੁਸੀਂ GTE ਫਾਲ ਕਰੋ, ਕੰਸਲਟੈਂਸੀ ਇਸ ਚੀਜ਼ ਦਾ ਖਿਆਲ ਕਿਉਂ ਨਹੀਂ ਰੱਖਦਾ ਕਿ ਇੱਕ ਬੱਚੇ ਦਾ ਲੱਖਾਂ ਰੁਪਇਆ ਇਨਵੈਸਟ ਹੋਣਾ ਔਰ ਸਮਾਂ ਇਨਵੈਸਟ ਹੋਣਾ, ਦੋਵੇਂ ਚੀਜ਼ਾਂ ਇਨਵੈਸਟ ਹੋਣਾ। ਬਿਲਕੁਲ ਬਿਲਕੁਲ। ਜਦੋਂ ਦਾ ਅਸੀਂ ਇਨਵੈਸਟਮੈਂਟ ਕਰਵਾ ਰਹੇ ਹਾਂ, ਸਹੀ ਜਗ੍ਹਾ ਇਨਵੈਸਟਮੈਂਟ ਕਰਵਾਈਏ, ਜਿਵੇਂ ਅਸੀਂ ਹੁਣੇ ਡਿਸਕਸ਼ਨ ਕਰਕੇ ਹਟ ਗਏ, ਇੱਕ ਡਿਪਲੋਮਾ ਛੱਡਿਆ ਦੂਜਾ ਫੜ ਲਿਆ, ਦੂਜਾ ਛੱਡਿਆ ਤੀਜਾ ਫੜ ਲਿਆ, ਘਰੋਂ ਪੈਸੇ ਮੰਗਵਾਈ ਜਾਓ। ਬਸ ਇੱਕੋ ਖੁਸ਼ੀ ਹੈ ਕਿ ਸਾਡਾ ਮੁੰਡਾ ਆਸਟ੍ਰੇਲੀਆ ਬੈਠਾ, ਨਾ ਉਹਨੇ ਕੁਛ ਕਮਾਇਆ, ਬਿਲਕੁਲ ਠੀਕ ਹੈ, ਨਾ ਘਰੇ ਭੇਜਿਆ। ਸੋ ਇਹਦੇ ਲਈ ਕੀ ਹੈ, GTE ਜਦੋਂ ਬੱਚਾ ਕਾਉਂਸਲਿੰਗ ਲੈਣ ਜਾਂਦਾ, ਉਹਨੂੰ ਕੀ ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਉਹ, ਤਾਂ ਕਿ ਇਸ ਤਰ੍ਹਾਂ ਦੇ ਚੱਕਰ 'ਚ ਨਾ ਪਵੇ ਕਿ ਡਿਪਲੋਮਾ ਛੱਡ ਕੇ ਕਿਧਰੇ ਕਿਧਰੇ ਜਾਣਾ ਪਵੇ? ਦੇਖੋ ਜੀ, ਪਹਿਲੀ ਗੱਲ ਤਾਂ ਏਜੰਟ 'ਤੇ ਕਾਫੀ ਡਿਪੈਂਡ ਕਰਦਾ ਹੈ। ਅਗਰ ਏਜੰਟ ਨੇ ਉਹਨੂੰ ਡਿਪਲੋਮਾ ਵਿੱਚ ਕਾਉਂਸਲਿੰਗ ਦੇਣੀ ਹੈ ਤਾਂ ਡਿਪਲੋਮਾ ਸੈੱਲ ਕਰਨਾ, ਤਾਂ ਏਜੰਟ ਸਿਰਫ ਡਿਪਲੋਮਾ ਦੀ ਤਾਰੀਫ ਕਰੇਗਾ ਜੀ, ਬਹੁਤ ਸਸਤਾ ਹੈ ਜੀ, ਬਹੁਤ ਈਜ਼ੀਲੀ ਕੰਪਲੀਟ ਹੋ ਜਾਂਦਾ, ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ, ਤਾਂ ਬੱਚੇ ਨੂੰ ਡਿਪਲੋਮਾ ਦੇ ਬਾਰੇ 4-5 ਤਾਰੀਫਾਂ ਕਰ ਦੇਗਾ ਜੀ, ਤਾਂ ਉਹਨੂੰ ਡਿਪਲੋਮਾ ਦੇ ਕਨਵਰਟ ਕਰੇਗਾ। ਦੂਜਾ, ਜਿਹੜਾ ਬੱਚਾ ਡਿਗਰੀ ਤਰਫ ਜਾਂਦਾ, ਜੈਸੇ ਪਰਮ ਜੀ ਨੇ ਕਿਹਾ ਕਿ ਡਿਗਰੀ ਦੇ ਵਿੱਚ ਜਾ ਕੇ ਫਾਇਦਾ ਬੱਚੇ ਨੂੰ ਹੈ ਕਿ ਐਂਡ ਦੇ ਵਿੱਚ ਜੋਬ ਮਿਲਦੀ ਹੈ, ਅਤੇ ਉਸ ਜੋਬ ਨਾਲ, ਆਸਟ੍ਰੇਲੀਆ ਬਹੁਤ ਕਲੀਅਰ ਹੈ ਕਿ ਜੋਬ ਨਾਲ ਹੀ ਤੁਹਾਡੀ ਹੁਣ PR ਹੋਏਗੀ ਅੱਗੇ, ਅਤੇ ਜਿਹੜੇ 4-5 ਸਾਲ ਦੀ ਆਪਾਂ ਪਹਿਲੇ ਗੱਲ ਛੇੜੀ, ਉਹ ਇਹੀ ਕੈਟੇਗਰੀ ਸੀਗੀ ਜਿਹਨੂੰ ਜੋਬ ਨਹੀਂ ਅੱਛੀ ਮਿਲਦੀ ਸੀਗੀ, ਹੁਣ ਜੋਬ ਮਿਲੇਗੀ ਅੱਛੀ ਐਜੂਕੇਸ਼ਨ ਦੇ ਨਾਲ। ਦੂਜੀ ਗੱਲ ਜਿਹੜੀ ਬੱਚੇ ਨੂੰ ਖਿਆਲ ਰੱਖਣਾ ਚਾਹੀਦਾ, ਜਿਹੜੀ ਇੰਨਾ ਤਾਂ ਉਹ ਡਿਗਰੀ ਡਿਪਲੋਮਾ ਲੈ ਕੇ ਡਿਗਰੀ ਚੋਂ ਬਚਾਉਂਦਾ ਨਹੀਂ ਜਿੰਨਾ 25-30 ਲੱਖ ਦੀ ਜੋਬ 4-5 ਸਾਲ ਚ ਖਰੀਦਣੀ ਪੈਂਦੀ। ਬਿਲਕੁਲ ਜੀ, ਗੱਲ ਉਹੀ ਆ, ਡਬਲ ਇਨਵੈਸਟਮੈਂਟ ਡਬਲ ਹੈ ਜੀ, ਬਿਲਕੁਲ ਡਬਲ ਹੈ। ਬਾਅਦ ਚ ਉਹ ਤਾਂ ਹੁਣ ਦੇਖੋ ਜੀ, ਉਹ ਤਾਂ ਸਿਸਟਮ ਹੀ ਫਿਨਿਸ਼ ਹੋ ਗਿਆ, ਹੁਣ ਤਾਂ ਉਹ ਸਿਸਟਮ ਪਹਿਲੇ ਹੀ, ਤੁਹਾਡੀ ਗੱਲ ਠੀਕ ਹੈ, ਜਿੰਨਾ ਡਿਗਰੀ ਚ ਨਹੀਂ ਬਚਾਉਂਦੇ ਜੀ ਉਹਨਾਂ ਨੂੰ ਬਾਅਦ ਚ ਦੇਣਾ ਪੈ ਜਾਂਦਾ, ਫਿਰ ਔਰ ਟੈਨਸ਼ਨਾਂ ਬਥੇਰੀ ਨੇ ਕਿ ਵੀ ਵੀਜ਼ਾ ਮਿਲੂਗਾ ਨਹੀਂ ਮਿਲੂਗਾ। ਇਹਨਾਂ ਦੇ ਵਿੱਚ ਤਾਂ ਜੀ ਕਲੀਅਰ ਤੁਹਾਨੂੰ
ਏਜੰਟ ਦੀ ਜੈਨੂਇਨਨੈਸ ਅਗਰ ਤੁਸੀਂ ਪ੍ਰੂਵ ਕਰਨੀ ਹੈ ਤਾਂ ਆਫਰ ਲੈਟਰ 'ਤੇ ਜ਼ਰੂਰ ਕੰਸਲਟੈਂਟ ਦਾ ਨਾਮ ਲਿਖਿਆ ਆਉਂਦਾ ਅਤੇ ਹਮੇਸ਼ਾ ਮੈਂ ਬੱਚੇ ਨੂੰ ਇਹੀ ਸਲਾਹ ਦਿਆਂਗਾ ਕਿ ਚੈੱਕ ਕਰੋ ਜੀ ਤੁਹਾਡੇ ਏਜੰਟ ਦਾ ਨੇਮ ਜਿਹੜਾ ਹੈਗਾ ਉਹੀ ਹੈ ਜਿਹਦੇ ਕੋਲ ਤੁਸੀਂ ਗਏ ਹੋ। ਅੱਗੇ ਤੋਂ ਅੱਗੇ ਫਾਈਲ ਦੇਣ ਦਾ ਇੱਥੇ ਬਹੁਤ ਰਿਵਾਜ਼ ਹੈ ਜੀ, ਫਾਈਲ ਕਿਸੇ ਹੋਰ ਨੇ ਫੜ ਲਈ ਜੀ, ਵੀਜ਼ਾ ਕਿਸੇ ਹੋਰ ਦੇ ਚਲਾ ਗਿਆ ਜੀ, ਫਾਈਲ ਕੋਈ ਹੋਰ ਲਾ ਰਿਹਾ ਤਾਂ ਅੱਗੇ ਅੱਗੇ ਚਾਰ ਪੰਜ ਏਜੰਟ ਲਾਈਨ ਦੇ ਵਿੱਚ ਆ ਜਾਂਦੇ ਤਾਂ ਅੰਬੈਸੀ ਇਸ ਚੀਜ਼ ਨੂੰ ਬਿਲਕੁਲ ਵੀ ਅਲਾਊ ਨਹੀਂ ਕਰਦੀ ਕਿ ਬਈ ਬਾਹਰ ਦਾ ਏਜੰਟ ਕੋਈ ਕਿਸੇ ਹੋਰ ਦੀ ਫਾਈਲ ਲਾਏ। ਤਾਂ ਤੁਸੀਂ ਆਫਰ ਲੈਟਰ ਧਿਆਨ ਨਾਲ ਚੈੱਕ ਕਰਿਓ ਕਿ ਜਿਹਦੇ ਏਜੰਟ ਦੇ ਆਫਿਸ ਤੇ ਤੁਸੀਂ ਗਏ ਹੋ। ਹੋਰ ਵੀ ਹੋ ਸਕਦਾ ਮੇਰਾ ਸਭ ਕਿ ਇੰਟਰਵਿਊ ਆ ਜਾਏ ਬੱਚੇ ਨੂੰ। ਬਿਲਕੁਲ ਜੀ, ਉਹ ਦੂਜੇ ਕੰਸਲਟੈਂਟ ਦਾ ਨਾਮ ਬੋਲਦੇ ਬਿਲਕੁਲ ਤੇ ਉਹਨੂੰ ਲੱਗਦਾ ਜੀ ਮੈਂ ਇਹ ਫਾਈਲ ਸਟੇਟ ਵੇ ਰਿਫਿਊਜ਼ ਹੋ ਜਾਏ, ਰਿਫਿਊਜ਼ ਹੋ ਜਾਏ ਬਿਲਕੁਲ ਜੀ। ਉਹ ਇੰਟਰਵਿਊਰ ਉੱਥੇ ਇੰਟਰਵਿਊ ਰੋਕ ਦੇਗਾ ਤੇ ਉਹਨੂੰ ਪਤਾ ਲੱਗ ਜਾਊਗਾ ਜੀ ਇਹ ਫਾਈਲ ਚਾਰ ਪੰਜ ਥਾਂ ਤੇ ਘੁੰਮ ਕੇ ਆਈ ਹੈ, ਉਹ ਉੱਥੇ ਇੰਟਰਵਿਊ ਥੈਂਕ ਯੂ ਕਰ ਦੇਗਾ ਜੀ ਔਰ ਤੁਹਾਡਾ ਅਗਲੇ ਦਿਨ ਲੈਟਰ ਆ ਜਾਊਗੀ ਜੀ ਵੀਜ਼ਾ ਰਿਜੈਕਟ ਹੋ ਗਿਆ। ਤਾਂ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਿਓ ਕਿ ਤੁਹਾਡੇ ਏਜੰਟ ਦਾ ਨੇਮ ਜਿਹੜਾ ਆਫਰ ਲੈਟਰ ਤੇ ਹੈ ਤਾਂ ਉਹ ਏਜੰਟ ਜੈਨੂਇਨ ਹੈ, ਉਹ ਯੂਨੀਵਰਸਿਟੀ ਦੀ ਤਰਫ ਤੋਂ ਜੈਨੂਇਨ ਹੈ ਜੀ। ਬਾਕੀ ਉਸਦਾ ਇੱਕ ਹੋਰ ਤਰੀਕਾ ਹੈ ਕਿ ਵੈਬਸਾਈਟ ਤੇ ਯੂਨੀਵਰਸਿਟੀ ਤੇ ਜਾ ਕੇ, ਜਿਹੜਾ ਆਪਾਂ ਪਹਿਲੇ ਵੀ ਡਿਸਕਸ਼ਨ ਕੀਤੀ ਹੈ, ਵੈਬਸਾਈਟ ਤੇ ਜਾ ਕੇ ਡਬਲ ਚੈੱਕ ਕਰ ਸਕਦੇ ਹੋ ਤੁਸੀਂ ਕਿ ਏਜੰਟ ਦੀ, ਕਿਉਂਕਿ ਕਈ ਆਪਾਂ ਕਿਸੇ ਦੇਖੇ ਵੀ ਹੈ, ਸੁਣੇ ਵੀ ਹੈਗੇ ਜਿਹਦੀ ਆਫਰ ਲੈਟਰ ਫਰੋਡ ਵੀ ਏਜੰਟ ਬਣਾ ਦਿੰਦੇ, ਉਹ ਪੰਜਾਬ 'ਚ ਹੁੰਦਾ ਜੀ, ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਹੁੰਦੇ ਕਿਸੇ, ਤਾਂ ਉਹ ਹੁੰਦਾ। ਤਾਂ ਉਹ ਬਿਲਕੁਲ ਧਿਆਨ ਰੱਖੇ ਆਫਰ ਲੈਟਰ ਦਾ ਅਤੇ ਏਜੰਟ ਦੀ ਰੈਪੂਟੇਸ਼ਨ ਦਾ, ਅਤੇ ਪਲੱਸ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਦੇ ਵਿੱਚ ਜਾਣ, ਫਿਊਚਰ ਉਹਦੇ ਵਿੱਚ ਹੀ ਹੈਗਾ ਹੁਣ, ਡਿਪਲੋਮਾ ਜਿਹੜੇ ਚਲੇ ਗਏ ਉਹ ਟਾਈਮ ਲੰਘੇ ਆ ਆਸਟ੍ਰੇਲੀਆ ਦਾ। ਬੱਚਿਆਂ ਨੂੰ ਇੱਕ ਹੋਰ ਅਵੇਅਰ ਕਰਨਾ ਚਾਹਾਂਗੇ ਕਿ ਦੋ ਤਰੀਕੇ ਨਾਲ ਠੱਗੀ ਵੱਜਦੀ ਹੈ ਤੁਹਾਡੇ ਨਾਲ। ਇੱਕ ਤਾਂ ਰਜਿਸਟਰਡ ਕੰਸਲਟੈਂਟਸ ਨੇ ਤੁਹਾਡੀ ਫਾਈਲ ਫੜ ਕੇ ਅੱਗੇ ਦੇ ਦਿੰਦਾ, ਅੱਧੀ ਕਮਿਸ਼ਨ ਉੱਧਰੋਂ ਲੈ ਜਾਂਦਾ, 20-30 ਹਜ਼ਾਰ ਰੁਪਏ ਚਾਰਜ ਤੁਹਾਡੇ ਤੋਂ ਕਰ ਲੈਂਦਾ। ਚਲੋ ਮੈਂ ਕਹੂੰਗਾ ਇਹ ਵੀ ਇੱਕ ਛੋਟੀ ਠੱਗੀ ਹੈ, ਘੱਟੋ ਘੱਟੀ ਬੱਚੇ ਦਾ ਵੀਜ਼ਾ ਲੱਗਿਆ ਇੱਕ। ਪਰ ਮੇਰੇ ਜੀ ਪੰਜਾਬ ਦੇ ਵਿੱਚ ਹੋਰ ਸ਼ਿਕਾਇਤਾਂ ਆਈਆਂ ਬੱਚਿਆਂ ਦੀਆਂ, ਕਹਿੰਦੇ ਜੀ ਅਸੀਂ ਏਜੰਟ ਕੋਲ ਜਾਂਦੇ ਹਾਂ, ਏਜੰਟਸ ਦਾ ਨਾ ਡਾਇਰੈਕਟ ਆਈ ਅਪ ਹੈ, ਨਾ ਉਹ ਕੋਈ ਕੰਸਲਟੈਂਸੀ ਫੀਸ ਲੈਂਦਾ, ਬੱਚੇ ਨੂੰ ਲਾਲਚ 'ਚ ਫਸਾ ਲੈਂਦਾ, ਮੈਂ ਤਾਂ ਕੁਛ ਲੈਣਾ ਨਹੀਂ ਜੀ। ਅੱਛਾ ਜੀ, ਫੰਡ ਕਰਾਉਂਦਾ ਕਿ ਮੈਂ ਫੰਡ ਕਰਾ ਦੂੰਗਾ ਤੁਹਾਡੇ। ਹੁਣ ਜਦੋਂ ਬੱਚੇ ਦੀ ਰਿਫਿਊਜ਼ਲ ਆ ਗਈ, ਫੀਸ ਵੀ ਮੁੜਿਆਣੀ ਹੈ, ਸਭ ਕੁਛ ਮੁੜਿਆਣਾ ਹੈ, ਬੱਚਾ ਸੋਚਦਾ ਮੇਰਾ ਨੁਕਸਾਨ ਨਹੀਂ, ਨੁਕਸਾਨ ਤੁਹਾਡਾ 1 ਲੱਖ ਰੁਪਏ ਜਿਹੜਾ ਉਹਨੇ ਫੰਡਾਂ ਦੇ ਵਿੱਚ ਲੈ ਲਿਆ, ਉਹਨੂੰ ਤੁਹਾਡੇ ਵੀਜ਼ੇ ਨਾਲ ਕੋਈ ਮਤਲਬ ਨਹੀਂ ਹੈ। ਸੋ ਮੇਰੇ ਖਿਆਲ ਫੰਡ ਕਰਾਉਣ ਵਾਲਾ ਜਿਹੜਾ ਕੰਸਲਟੈਂਟ ਹੈ ਉਹਨੂੰ ਤਾਂ ਵੀਜ਼ੇ ਨਾਲ ਕੋਈ ਲਿੰਕ ਨਹੀਂ ਹੈ। ਦੇਖੋ ਸਰ, ਮੈਂ ਇਹ ਕਹਾਂਗਾ ਜਿਹੜਾ ਕੋਈ ਕੰਸਲਟੈਂਟ ਹੈ ਤਾਂ ਉਹਦਾ ਕੋਈ ਫੰਡ ਦੇ ਨਾਲ ਲੈਣਾ ਦੇਣਾ ਨਹੀਂ ਹੈ। ਬੀਇੰਗ VIC ਸਾਡੀ ਕੋਈ ਵੀ ਬ੍ਰਾਂਚ ਕਿਸੇ ਬੱਚੇ ਨਾਲ ਕੋਈ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ ਅਸੀਂ ਇੰਡਲਜ ਹੀ ਨਹੀਂ ਹੁੰਦੇ। ਸਿੰਪਲ ਸਟੂਡੈਂਟ ਦੀ ਫੀਸ ਯੂਨੀਵਰਸਿਟੀ ਨੂੰ ਜਾਣੀ ਹੈ, ਯੂਨੀਵਰਸਿਟੀ ਦੇ ਵਿੱਚ ਹੀ ਜਾਂਦੀ ਹੈ ਪਹਿਲੀ ਚੀਜ਼। ਜੇ ਮੈਂ ਫੀਸ ਆਪਣੇ ਅਕਾਊਂਟ 'ਚ ਲਾਂਗਾ ਤਾਂ ਇਹ ਲੀਗਲੀ RBI ਦੀਆਂ ਗਾਈਡਲਾਈਨਸ ਨੇ ਕਿ ਜਿਹੜੇ ਬੱਚੇ ਦੀ ਫੀਸ ਆ ਉਹ ਖੁਦ ਆਪਣੇ ਅਕਾਊਂਟ 'ਚੋਂ ਜਾਂ ਆਪਣੇ ਰਿਲੇਟਿਵ ਮਦਰ ਫਾਦਰ ਬ੍ਰਦਰ ਸਿਸਟਰ ਦੇ ਅਕਾਊਂਟ 'ਚੋਂ ਹੀ ਜਾਏ, ਉਸੇ 'ਚ ਹੀ ਮੁੜ ਕੇ ਆਣੀ ਹੈ, ਉਸ 'ਚ ਹੀ ਮੁੜ ਕੇ ਪਤਾ ਹੁੰਦਾ ਕਿੰਨੇ ਪੈਸੇ ਕੱਟੇ, ਕਿੰਨੇ ਪੈਸੇ ਕੱਟੇ, ਉਹਨੂੰ ਸਾਰਾ ਕਲੈਰਿਟੀ ਹੋਏਗੀ ਨਾ ਉਸ ਚੀਜ਼ ਦੇ ਵਿੱਚ। ਕੰਸਰਨ ਇਹ ਹੈ ਕਿ ਜਦੋਂ ਮੈਂ ਹੁਣ ਫੀਸ ਕੈਸ਼ ਲੈ ਲਿੱਤੀ ਬੱਚੇ ਤੋਂ ਤਾਂ ਕੈਸ਼ ਲੈ ਕੇ ਮੈਂ ਉਹਨੂੰ ਪਤਾ ਨਹੀਂ ਹੈ ਗੋਡ ਨੋਜ਼ ਵੀ ਉਹ ਟ੍ਰਾਂਸਫਰ ਕਰਦੇ ਵੀ ਹੈ ਜਾਂ ਨਹੀਂ ਕਰਦੇ। ਮੈਂ ਤਾਂ ਇਹੀ ਕਹਾਂਗਾ ਕਿ ਮੋਸਟ ਆਫ ਦੀ ਕੇਸਿਸ ਦੇ ਵਿੱਚ ਬੱਚੇ ਦਾ ਟ੍ਰਾਂਸਫਰ ਨਹੀਂ ਕਰਦੇ। ਹੁਣ ਮੇਰੇ ਅਕਾਊਂਟ 'ਚੋਂ ਫੀਸ ਮੈਨੇ ਭੇਜੀ ਹੈ ਨਹੀਂ ਭੇਜੀ ਹੈ ਕਿਸੇ ਨੂੰ ਕੀ ਪਤਾ। ਪਹਿਲੀ ਚੀਜ਼। ਦੂਜੀ ਚੀਜ਼, ਜਦੋਂ ਫੀਸ ਜੇ ਗਈ ਵੀ ਹੈ, ਇਨ ਕੇਸ ਜੇ ਫੀਸ ਗਈ ਵੀ ਆ ਤਾਂ ਵਾਪਸੀ ਜੇ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ ਹੈਗਾ, ਦੇਖੋ ਸਾਡੇ ਕੋਲ ਇਹੋ ਜਿਹਾ ਚਾਂਸ ਹੀ ਨਹੀਂ ਹੁੰਦਾ ਕਿਉਂਕਿ ਸਾਡਾ ਵੀਜ਼ਾ ਰਿਫਿਊਜ਼ਲ ਬਹੁਤ ਰੇਅਰ ਟੂ ਰੇਅਰ ਹੈ, ਕਿਉਂਕਿ ਅਸੀਂ ਫਾਈਲ ਹੀ ਉਹ ਫੜਦੇ। ਤੁਹਾਨੂੰ ਮੈਂ ਬੜੀ ਵਾਰ ਕਹਿ ਦਿੰਦਾ ਕਿ ਜੀ ਆਹ ਸਾਡਾ ਐਂਟਰੀ ਕ੍ਰਾਈਟੀਰੀਆ ਹੈ, ਪਲੱਸ ਟੂ ਕੀਤੀ ਹੋਏ ਬੱਚੇ ਦੀ, ਉਹਦੇ 60% ਮਾਰਕਸ ਹੋਣੇ ਚਾਹੀਦੇ ਆ, 6 ਪੁਆਇੰਟ ਹੋਣੇ ਚਾਹੀਦੇ ਆ, 5.5 ਈਚ ਹੋਣਾ ਚਾਹੀਦਾ, ਜੇ 1-5 ਆ ਉਹ ਵੀ ਚੱਲ ਜਾਂਦਾ। ਬੈਚਲਰਸ ਦੀ ਅਲੱਗ ਤੋਂ ਰਿਕੁਆਇਰਮੈਂਟ ਦੱਸੀ ਮੈਂ ਦੁਬਾਰਾ ਤਾਂ ਦੱਸ ਰਿਹਾ ਵੀ ਕੁਛ ਨਵੇਂ ਦਰਸ਼ਕ ਜੁੜ ਜਾਂਦੇ ਆ। ਬਿਲਕੁਲ ਠੀਕ ਹੈ। ਤਾਂ ਬੈਚਲਰਸ ਕੀਤੀ ਹੈ ਤਾਂ 50% ਮਾਰਕਸ ਹੋਣੇ ਚਾਹੀਦੇ ਆ, ਓਵਰਆਲ 6 ਪੁਆਇੰਟ ਹੋਣੇ ਚਾਹੀਦੇ ਆ, 5.5 ਈਚ ਹੋਣੇ ਚਾਹੀਦੇ ਆ, ਜੇ 1-5 ਆ ਤਾਂ ਉਹ ਚੱਲ ਜਾਂਦਾ ਐਲੀਜੀਬਲ ਦੇ ਨਾਲ। ਜੇ ਰਿਕੁਆਇਰਮੈਂਟ ਮੈਟ ਨਹੀਂ ਹੁੰਦੀ ਬੱਚੇ ਦੀ ਤਾਂ ਅਸੀਂ ਉਹਦਾ ਕੇਸ ਹੀ ਨਹੀਂ ਫੜਦੇ, ਕਿਉਂਕਿ ਸਾਨੂੰ ਜਿਹੜੀ ਗਾਈਡਲਾਈਨਸ ਨੇ ਅਸੀਂ ਉਹਨਾਂ ਦੇ ਅਕੋਰਡਿੰਗ ਚੱਲਦੇ ਹਾਂ ਨਾ। ਯੂਨੀਵਰਸਿਟੀ ਨੇ ਦਾਖਲਾ ਦੇਣਾ, ਜੇ ਯੂਨੀਵਰਸਿਟੀ ਦਾਖਲਾ ਦੇ ਵੀ ਦਿੰਦੇ ਆ ਕਿਤੇ ਕੋਈ ਤਾਂ ਫਿਰ ਉਹਨੂੰ ਵੀਜ਼ਾ ਨਹੀਂ ਮਿਲਦਾ, ਇਸ ਕਰਕੇ ਅਸੀਂ ਉਹ ਰੂਟੀਨ ਲੈਂਦੇ ਕਿ ਜਿਹਦਾ ਵੀਜ਼ਾ ਨਾ ਲੱਗੇ। ਜਿਵੇਂ ਨਿਊਜ਼ੀਲੈਂਡ ਦੇ ਵਿੱਚ ਸਪੈਸ਼ਲ ਜਿਹੜੇ ਰਜਿਸਟਰਡ ਰਿਕੋਗਨਾਈਜ਼ਡ ਲਾਇਸੈਂਸਡ ਐਡਵਾਈਜ਼ਰ ਨੇ, ਉਹੀ ਸਪੌਸ ਕੇਸ ਲਾ ਸਕਦੇ ਆ। ਆਸਟ੍ਰੇਲੀਆ 'ਚ ਹਰ ਕੋਈ ਲਾ ਸਕਦਾ ਹੈ ਜਾਂ ਆਸਟ੍ਰੇਲੀਆ ਦੇ ਵਿੱਚ? ਦੇਖੋ ਜੀ, ਇਹ ਹੈ ਕਿ ਆਸਟ੍ਰੇਲੀਅਨ ਗਵਰਨਮੈਂਟ ਨਾਲ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ, ਕਿਉਂਕਿ ਕਹਿੰਦੇ ਜਿਹੜਾ ਮਰਜ਼ੀ ਲਗਾਏ ਕੋਈ ਦਿੱਕਤ, ਉਹਦੇ ਨਾਲ ਕੋਈ ਦਿੱਕਤ ਨਹੀਂ ਹੈਗੀ, ਕੇਸ ਪ੍ਰਸਿਊ ਹੋਣ ਦੇ ਨਾਲ ਕੋਈ ਦਿੱਕਤ। ਟੈਕਨੀਕਲ ਪਾਰਟ ਹੈ, ਸਿੱਖਿਆ ਹੋਣਾ ਚਾਹੀਦਾ ਨਾ ਕੰਸਲਟੈਂਟਸ। ਦੇਖੋ ਸਪੌਸ ਕੇਸ ਲਈ ਮੈਂ, ਅਸੀਂ ਤਾਂ ਆਪ ਕਹਿੰਦੇ ਹਾਂ ਕਿ ਹਮੇਸ਼ਾ ਇਸ ਚੀਜ਼ ਦੇ ਲਈ ਕਿ ਤੁਸੀਂ ਐਕਸਪਰਟ ਕੰਸਲਟੈਂਟ ਕੋਲ ਜਾਓ। ਹੁਣ ਇੱਕ ਉਹਦੇ ਕੰਸਲਟੈਂਟ ਨੂੰ ਦੇਖੋ ਜ਼ਰਾ ਕਿ ਹਾਂਜੀ ਇਸਦਾ ਕੀ ਪ੍ਰੋਫਾਈਲ ਕੀ ਆ। ਹੁਣ ਆਪਾਂ ਕੋਈ ਚੀਜ਼ ਪਰਚੇਜ਼ ਕਰਨ ਜਾਂਦੇ ਹਾਂ ਮਾਰਕੀਟ ਦੇ ਵਿੱਚ, ਤਾਂ ਆਪਾਂ ਦੇਖਦੇ ਹਾਂ ਕਿ ਯਾਰ ਇਸਦਾ ਬ੍ਰਾਂਡ ਦੀ ਵੈਲਿਊ ਕੀ ਹੈ। ਕਿਸੇ ਡਾਕਟਰ ਨੂੰ ਦਿਖਾਉਣ ਜਾਂਦੇ ਹਾਂ ਤਾਂ ਉਹਦਾ ਐਕਸਪੀਰੀਅੰਸ ਦੇਖਿਆ ਜਾਂਦਾ। ਹੁਣ ਅਸੀਂ ਬੀਂਗ ਆ VIC, ਮੈਂ ਕਹਿੰਦਾ ਮੇਰੇ ਕਹਿਣ ਦੇ ਉੱਤੇ ਨਹੀਂ,
ਫਾਈਨਾਂਸਰ ਕੋਲ ਜਾਓਗੇ ਤਾਂ ਤੁਹਾਨੂੰ ਫੰਡ ਜ਼ਰੂਰ ਕਰਾ ਦੇਗਾ, ਜਾਲੀ ਕਰਾਏ ਸਹੀ ਕਰਾਏ, ਪਰ ਵੀਜ਼ਾ ਨਹੀਂ ਲਵਾ ਕੇ। ਇੱਕ ਹੋਰ ਤੁਹਾਡਾ ਸਵਾਲ ਮੈਂ ਪੁੱਛੂਗਾ ਜੀ, ਮੈਂ 7-8 ਸਾਲ ਪਹਿਲਾਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਤੁਸੀਂ ਪੈਂਚਰ ਹੁੰਦਾ, ਪੈਂਚਰ ਵਾਲੇ ਕੋਲ ਜਾਂਦੇ ਹੋ, ਉਹ ਪੈਂਚਰ ਲਾ ਕੇ ਹਵਾ ਭਰ ਕੇ ਪਾਣੀ 'ਚ ਚੈੱਕ ਕਰਦਾ ਕਿ ਲੀਕ ਤਾਂ ਨਹੀਂ, ਫਿਰ 10 ਰੁਪਏ ਲੈਂਦਾ ਤੁਹਾਡੇ ਤੋਂ। ਠੀਕ ਹੈ, ਸਾਡੀ ਇੰਡਸਟਰੀ 'ਚ ਕੀ ਹੈ, ਇੱਕ ਪਹਿਲਾਂ ਰਸੀਦ ਕੱਟ ਦਿੱਤੀ ਜਾਂਦੀ ਹੈ ਗੁਰਦੁਆਰੇ ਮੰਦਰਾਂ ਦੀ ਤਰ੍ਹਾਂ ਕਿ 25,000, 30,000, 50,000 ਨੋਨ ਰਿਫੰਡੇਬਲ, ਉਹ ਕਿਸ ਚੀਜ਼ ਦਾ ਲੈਂਦੇ ਆ ਜੀ ਜਦੋਂ ਬੱਚੇ ਦਾ ਕੰਮ ਹੀ ਨਹੀਂ ਕੀਤਾ? ਦੇਖੋ ਜੀ, ਇਹ ਤਾਂ ਹੁਣ ਅਗਲੇ ਤੋਂ ਪੁੱਛਿਆ ਜਾਏ ਤਾਂ ਜ਼ਿਆਦਾ ਬੈਟਰ ਆ। ਮੈਂ ਕਿਸੇ ਵਾਰ ਤੁਹਾਡੀ ਪਾਲਿਸੀ ਅੱਛੀ ਹੈ, ਤੁਸੀਂ ਨਹੀਂ ਲੈਂਦੇ, ਮੈਂ ਉਹੀ ਕਾਲ ਕਰ ਰਿਹਾ, ਉਹ ਕਿਸ ਚੀਜ਼ ਦਾ ਲੈਂਦੇ? ਉਹਨਾਂ ਨੇ ਐਕਚੁਅਲ ਦੇ ਵਿੱਚ ਰੀਜ਼ਨ ਇਹ ਹੈ ਜੀ ਕਿ ਉਹਨਾਂ ਕੋਲ ਨਾ ਤਾਂ ਕਮਿਸ਼ਨਾਂ ਨਹੀਂ ਹੈ। ਦੇਖੋ, ਹਰੇਕ ਬੰਦਾ ਕੋਈ ਵੀ ਬਿਜ਼ਨਸ ਹੈਗਾ, ਕੋਈ ਵੀ ਕੰਮ ਕਰਦਾ ਤਾਂ ਪੈਸੇ ਲਈ ਕਰਦਾ ਹੁੰਦਾ। ਸਾਡੀ ਕੰਪਨੀ ਵੀ ਪੈਸੇ ਵਾਸਤੇ ਕੰਮ ਕਰਦੀ ਹੈ, ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨਹੀਂ ਹੈਗੀ, ਹੈ ਨਾ ਜੀ? ਤਾਂ ਪ੍ਰੋਫਿਟ ਤਾਂ ਹਰੇਕ ਨੇ ਲੈਣਾ, ਲੇਕਿਨ ਸਾਨੇ ਜਿਹੜੀ ਹੈਗੀ ਜੈਨੂਅਨ ਜਿਹੜੀ ਫੀਸ ਹੈਗੀ ਬੱਚੇ ਨੇ ਭੇਜੀ ਯੂਨੀਵਰਸਿਟੀ ਨੂੰ, ਉਸ 'ਚੋਂ ਸਾਨੂੰ ਕਮਿਸ਼ਨ ਦੇ ਦੇਣੀ ਯੂਨੀਵਰਸਿਟੀ, ਜਿਹੜੀ ਇੱਕ ਸਾਡਾ ਇੱਕ ਜੈਨੂਅਨ ਅਧਿਕਾਰ ਹੈਗਾ ਜੀ, ਜਿਸ ਦੇ ਉੱਤੇ ਨਾ ਹਾਈ ਕਮਿਸ਼ਨ ਨੂੰ ਪ੍ਰੋਬਲਮ ਆ, ਨਾ ਯੂਨੀਵਰਸਿਟੀ ਨੂੰ, ਨਾ ਹੀ ਬੱਚੇ ਨੂੰ, ਕਿਉਂਕਿ ਬੱਚੇ ਨੇ ਤਾਂ ਉਨੀ ਫੀਸ ਦੇਣੀ ਹੈ, ਚਾਹੇ ਉਹ ਡਾਇਰੈਕਟ ਲਏ ਐਡਮਿਸ਼ਨ, ਚਾਹੇ ਉਹ ਸਾਡੇ ਥਰੂ ਲਏ। ਠੀਕ ਹੈ ਨਾ ਜੀ? ਤਾਂ ਹਰੇਕ ਬੰਦਾ ਕੰਮ ਜਿਹੜਾ ਹੈਗਾ ਉਹ ਪੈਸੇ ਵਾਸਤੇ ਕਰਦਾ ਹੈਗਾ। ਬਿਲਕੁਲ ਠੀਕ ਹੈ। ਠੀਕ ਹੈ ਨਾ ਜੀ? ਜਿਹੜਾ ਤੁਸੀਂ ਸਵਾਲ ਕਰ ਰਹੇ ਸੀ ਕਿ 25-30,000 ਰੁਪਇਆ ਉਹ ਏਜੰਟ ਲੈਂਦਾ ਕਿਸ ਚੀਜ਼ ਦਾ, ਉਹਨੇ ਉਹਨੂੰ ਕਮਿਸ਼ਨ ਨਹੀਂ ਆਉਣੀ, ਵੀਜ਼ਾ ਨਹੀਂ ਲੱਗਣਾ, ਉਸਦਾ ਤਾਂ ਪ੍ਰੋਫੈਸ਼ਨ ਹੀ ਇਹ ਹੈ ਵੀ ਬੱਚਾ ਆਏਗਾ, ਬੱਚੇ ਤੋਂ 25,000 ਰੁਪਇਆ ਲੈ, 5 ਇਨਰੋਲ ਕਰ ਲਓ, 1,25,000 ਸ਼ਾਮ ਨੂੰ ਕਮਾ ਲਓ, ਇਹ ਤਰੀਕਾ ਹੈ। ਬਸ ਬਸ ਬਸ, ਸ਼ਾਰਟ ਟਰਮ ਗੋਲ ਆ ਉਹਨਾਂ ਦਾ, ਪੈਸੇ ਲਓ, ਸਤਿ ਸ਼੍ਰੀ ਅਕਾਲ। ਵੀਜ਼ਾ ਲੱਗਿਆ ਨਹੀਂ ਜੀ, ਵੀਜ਼ਾ ਈਵਨ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ, ਇੱਕ ਬੱਚੇ ਕੋਲ ਤੁਸੀਂ ਯਕੀਨ ਨਹੀਂ ਕਰਨਾ, ਜਾਲੀ ਰਿਫਿਊਜ਼ਲ ਲੈਟਰ ਦੇ ਦਿੱਤੀ ਉਹ। ਅੱਛਾ, ਹਾਂਜੀ, ਰਿਫਿਊਜ਼ਲ ਲੈਟਰ ਹੀ ਜਾਲੀ ਸੀਗੀ, ਉਹ ਦੇਖਣ ਤੋਂ ਹੀ ਪਤਾ ਲੱਗਿਆ ਜਾਲੀ ਸੁਣਿਆ, ਰਿਫਿਊਜ਼ਲ ਰਿਫਿਊਜ਼ਲ ਵੀ ਜਾਲੀ। ਹਾਂਜੀ, ਉਹਨੂੰ ਰਜਿਸਟਰ ਕੀਤਾ, ਉਹਨੂੰ ਕਹਿੰਦੇ ਤੇਰਾ ਵੀਜ਼ਾ ਨਹੀਂ ਲੱਗਿਆ ਕਰਦਾ, ਕਿਉਂਕਿ ਦੇਖੋ ਜਦੋਂ ਬੱਚਾ ਰਜਿਸਟਰ ਹੁੰਦਾ ਹੈਗਾ ਉਹਦਾ ਵੀਜ਼ਾ ਲੱਗਦਾ, ਤਾਂ ਇੱਕ ਉਹਨੂੰ ਨੰਬਰ ਦਿੱਤਾ ਜਾਂਦਾ ਹੈ। ਠੀਕ ਹੈ ਨਾ ਜੀ? ਇੱਕ ਰੈਫਰੈਂਸ ਨੰਬਰ ਦਿੱਤਾ ਜਾਂਦਾ ਵੀ ਉਹ ਬੱਚਾ ਜਦੋਂ ਮਰਜ਼ੀ ਜਾ ਕੇ ਆਪਣਾ ਹਾਈ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਟਰੈਕ ਕਰ ਸਕੇ, ਟਰੈਕਿੰਗ ਆਈ ਡੀ ਦਿੱਤੀ ਜਾਂਦੀ ਹੈ। ਹੁਣ ਜਦੋਂ ਉਹਨੂੰ ਕੁਛ ਨਹੀਂ ਮਿਲਿਆ ਤਾਂ ਉਹਨੂੰ ਡਾਊਟ ਸੀ, ਕਹਿੰਦਾ ਜੀ ਭਾਅ ਜੀ ਦੇਖੋ ਜ਼ਰਾ ਮੇਰਾ ਵੀਜ਼ਾ ਲੱਗਿਆ, ਇਹ ਮੇਰਾ ਅਪਲਾਈ ਹੋਇਆ ਸੀ ਜਾਂ ਨਹੀਂ ਹੋਇਆ ਸੀ? ਤਾਂ ਇੱਕ ਰਾਈਟ ਟੂ ਇਨਫੋਰਮੇਸ਼ਨ ਦਾ ਇੱਕ ਐਕਟ ਹੈਗਾ ਜੀ ਆਸਟ੍ਰੇਲੀਅਨ ਹਾਈ ਕਮਿਸ਼ਨ ਦਾ, ਜਿਸ ਤੋਂ ਅਸੀਂ ਪਤਾ ਕਰ ਸਕਦੇ ਹਾਂ ਕਿ ਉਸਦੇ ਕਿਹੜੇ ਡਾਕੂਮੈਂਟ ਲੱਗੇ ਸੀਗੇ, ਕੀ ਉਸਦਾ ਪਹਿਲਾਂ ਅਪਲਾਈ ਜਦੋਂ ਕੇਸ ਹੋਇਆ ਸੀ ਕੀ ਹੋਇਆ ਸੀ, ਤਾਂ ਉਸਦੇ ਵਿੱਚ ਅਸੀਂ ਪਤਾ ਕਰਾਇਆ ਤਾਂ ਪਤਾ ਲੱਗਿਆ ਕਿ ਉਸ ਬੱਚੇ ਦਾ ਐਪਲੀਕੇਸ਼ਨ ਹੀ ਨਹੀਂ ਆਈ ਵੀਜ਼ਾ। ਅੱਛਾ, ਹਾਂਜੀ, ਉਹ ਕਹਿੰਦਾ ਜੀ ਮੇਰਾ ਰਿਫਿਊਜ਼ਲ ਲੱਗ ਗਿਆ, ਮੈਨੂੰ ਰਿਫਿਊਜ਼ਲ ਦੇ ਦਿੱਤੀ, ਮੇਰੇ ਰਿਫੰਡ ਦੇ ਵਿੱਚ ਉਹਨੇ $1,000 ਕੱਟ ਲਿੱਤੇ, ਅਤੇ ਨਾਲੇ ਪਹਿਲਾਂ 25,000 ਕੰਸਲਟੈਂਸੀ ਲਿੱਤੀ ਅਤੇ ਫੰਡ ਦੇ 1,00,000 ਰੁਪਏ ਦਿੱਤਾ, ਮਤਲਬ ਵੀ ਉਹਨੂੰ ਕਰਾ ਕੇ 2-3 ਲੱਖ ਰੁਪਏ ਦੇ ਚਪਤ ਲੱਗੀ। ਆਸਟ੍ਰੇਲੀਆ ਜਾਣ ਦਾ ਪਲਾਨ ਕੀਤਾ ਅਤੇ ਮੈਂ ਕਈ ਥਾਵਾਂ 'ਤੇ ਇਸਦੇ ਲਈ ਵਿਜ਼ਿਟ ਕੀਤਾ, ਪਰ ਅਖੀਰ ਵਿੱਚ ਮੈਨੂੰ ਚੰਡੀਗੜ੍ਹ ਵੀ ਆਈ ਸੀਗਾ, ਵਧੀਆ ਰਿਸਪੋਂਸ ਮਿਲਿਆ ਅਤੇ ਇੱਥੋਂ ਮੈਨੂੰ 2 ਹਫ਼ਤਿਆਂ ਵਿੱਚ ਆਪਣਾ ਵੀਜ਼ਾ ਮਿਲਿਆ, ਇਸ ਦੇ ਲਈ ਮੈਂ ਬਹੁਤ ਖੁਸ਼ ਹਾਂ ਕਿਉਂਕਿ ਇੱਥੋਂ ਦਾ ਸਟਾਫ ਮੈਂਬਰ ਬਹੁਤ ਹੀ ਕੋਆਪਰੇਟਿਵ ਹੈ ਅਤੇ ਗੁੱਡ ਬਿਹੇਵੀਅਰ ਹੈ, ਅਤੇ ਜਿਸ ਦੇ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਫੁਲ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਸੁਪਨਾ ਪੂਰਾ ਕੀਤਾ, ਅਤੇ ਮੈਂ ਆਪਣੇ ਹੋਰ ਵੀ ਫਰੈਂਡਸ ਨੂੰ ਇੱਥੇ ਆਉਣ ਲਈ ਸੁਜੈਸਟ ਕਰਦੀ ਹਾਂ ਤਾਂ ਕਿ ਉਹ ਇੱਥੇ ਵਿਜ਼ਿਟ ਕਰਨ ਅਤੇ ਆਪਣਾ ਸੁਪਨਿਆਂ ਨੂੰ ਪੂਰਾ ਕਰਨ। ਥੈਂਕ ਯੂ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਜਸਪ੍ਰੀਤ ਸਿੰਘ ਹੈ ਅਤੇ ਮੈਂ 2015 ਵਿੱਚ +2 ਕੀਤੀ ਸੀਗੀ ਕਮਰਸ ਸਟ੍ਰੀਮ ਨਾਲ। ਬਾਅਦ 'ਚ ਮੈਂ PTE ਦਾ ਐਗਜ਼ਾਮ ਦਿੱਤਾ ਅਤੇ ਉਹਦੇ ਵਿੱਚ ਮੇਰੇ 6 ਬੈਂਡ ਆਏ ਸੀਗੇ, ਅਤੇ ਮੈਂ ਆਪਣੇ ਫਰੈਂਡ ਦੀ ਰੈਫਰੈਂਸ ਨਾਲ VIC ਕੋਲ ਆਇਆ। ਉਹਨਾਂ ਨੇ ਮੈਨੂੰ ਦੱਸਿਆ ਕਿ ਇੰਦਰ ਮੈਮ ਕੋਲ ਜਾਓ, ਅਤੇ ਉਹਨਾਂ ਦੀ ਰੈਫਰੈਂਸ ਨਾਲ ਮੈਂ ਇੰਦਰ ਮੈਮ ਕੋਲ ਮਿਲਿਆ। ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਗਾਈਡ ਕੀਤਾ, ਆਪਣਾ ਸਾਰਾ ਕੁਝ ਦੱਸਿਆ, ਔਫਰ ਲੈਟਰ ਅਤੇ ਯੂਨੀਵਰਸਿਟੀ ਬਾਰੇ ਵੀ ਦੱਸਿਆ। ਮੇਰੀ ਯੂਨੀਵਰਸਿਟੀ CSU ਮੈਲਬਰਨ ਵਿੱਚ ਹੈ, ਅਤੇ ਉਹਨਾਂ ਨੇ ਮੈਨੂੰ ਆਸਟ੍ਰੇਲੀਆ ਬਾਰੇ ਚੰਗੀ ਤਰ੍ਹਾਂ ਗਾਈਡ ਕੀਤਾ ਅਤੇ ਆਸਟ੍ਰੇਲੀਆ ਦੀ ਸਾਰੀ ਜਾਣਕਾਰੀ ਦਿੱਤੀ। ਐਂਡ ਆਫਟਰ 3 ਵੀਕਸ ਮੇਰਾ ਵੀਜ਼ਾ ਆ ਗਿਆ। ਨਾਓ ਆਈ ਐਮ ਵੈਰੀ ਹੈਪੀ। ਮਾਈ ਨੇਮ ਇਜ਼ ਸਿਮਰਨ ਕੌਰ, ਆਈ ਗੋਟ ਮਾਈ ਵੀਜ਼ਾ ਫੋਰ ਆਸਟ੍ਰੇਲੀਅਨ ਯੂਨੀਵਰਸਿਟੀ, ਲਾਟਰਾਮ ਯੂਨੀਵਰਸਿਟੀ, ਐਂਡ ਆਈ ਗੋਟ ਮਾਈ ਵੀਜ਼ਾ ਵਿਦ ਇਨ 2 ਵੀਕਸ, and I got visa for Masters of Engineering Management. I have already done Masters in Electronics and Communication, and I got 7 bands, and I got to know about VIC through my friends, and my whole process was so simple, my whole staff was so helping, and
ਮਾਈ ਹੋਲ ਐਕਸਪੀਰੀਅੰਸ ਵਾਸ ਵੈਰੀ ਗੁੱਡ ਓਵਰ ਹੇਅਰ। ਰਵਿੰਦਰ ਸਿੰਘ ਹੈ ਅਤੇ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਇਨ ਸਟ੍ਰੀਮ ਆਫ ਬੀਸੀਏ ਐਂਡ ਉਸ ਤੋਂ ਬਾਅਦ ਮੈਂ ਬਹੁਤ ਹੋਸਟਲਾਂ ਕੋਲ ਗਿਆ ਪਰ ਮੈਨੂੰ ਕਿਤੋਂ ਵੀ ਕੋਈ ਅੱਛਾ ਸੁਝਾਅ ਨਹੀਂ ਮਿਲਿਆ। ਫਿਰ ਮੈਨੂੰ ਇੱਕ ਮੇਰੇ ਫਰੈਂਡ ਨੇ ਬੀ ਆਈ ਸੀ ਬਾਰੇ ਗਾਈਡ ਕੀਤਾ ਅਤੇ ਮੈਂ ਐਮ ਐਸ ਸਿੰਦਰਦੀਪ ਕੌਰ ਕੋਲ ਆਇਆ। ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਮੇਰੀ ਫਾਈਲ ਆਸਟ੍ਰੇਲੀਆ ਦੀ ਸਬਮਿਟ ਕੀਤੀ ਅਤੇ ਮੇਰਾ ਵਿਦ ਇਨ 2 ਵੀਕ ਵੀਜ਼ਾ ਅਪਰੂਵਲ ਆ ਗਈ ਅਤੇ ਹੁਣ ਮੈਂ ਆਸਟ੍ਰੇਲੀਆ ਜਾ ਰਿਹਾ। Hello friends, my name is Varman Hindal. I am from Lerkota district Sangrur and I have done B.Tech in Electronics and Communication Engineering and after that I pursue my Master of Engineering in Adelaide City University in Australia and I got success my visa from BIC and I got six band in BD exams and I am very thankful of ਮੇਰਾ ਨਾਮ ਅਰਸ਼ਦੀਪ ਸਿੰਘ ਹੈ। ਮੈਂ ਆਪਣੀ ਪਲੱਸ ਟੂ ਪਿਛਲੇ ਸਾਲ 2016 ਵਿੱਚ ਕੰਪਲੀਟ ਕੀਤੀ ਅਤੇ ਮੈਂ ਅੱਜ ਤੇ 6.5 band ਸਕੋਰ ਕੀਤੇ ਅਤੇ ਮੈਨੂੰ VAC ਬਾਰੇ ਆਪਣੇ ਕਜ਼ਨ ਤੋਂ ਪਤਾ ਚੱਲਿਆ ਅਤੇ VAC ਪ੍ਰੋਵਾਈਡ ਦਾ ਬੈਸਟ ਕਾਉਂਸਲਿੰਗ ਸਰਵਿਸਿਸ। ਆਈ ਵਿਲ ਸੁਜੈਸਟ ਟੂ ਦ ਸਟੂਡੈਂਟ ਹੂ ਵਾਂਟਸ ਟੂ ਗੋ ਅਬਰੋਡ ਵਾਂਟਸ ਮੀਟ VAC ਓਫਿਸਰ ਐਂਡ ਆਈ ਐਮ ਵੈਰੀ ਹੈਪੀ ਆਫਟਰ ਆਈ ਗੋਟ ਮਾਈ ਵੀਜ਼ਾ। ਹੈਲੋ ਐਵਰੀਵਨ, ਮਾਈ ਨੇਮ ਇਜ਼ ਦੀਪਕ ਨੇਜਾ। ਰੀਸੈਂਟਲੀ ਮੇਰਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਆਇਆ ਅਤੇ ਮੈਂ VIEC ਤੋਂ ਅਪਲਾਈ ਕੀਤਾ ਸੀਗਾ। ਬਿਫੋਰ ਕਮਿੰਗ ਟੂ VIEC ਮੈਂ ਕਾਫੀ ਜਗ੍ਹਾ ਵਿਜਿਟ ਕੀਤਾ, ਕਾਫੀ ਕੰਸਲਟੈਂਟਸ ਨੂੰ ਮਿਲਿਆ ਅਤੇ ਉਹਨਾਂ ਨੇ ਮੈਨੂੰ ਬਿਲਕੁਲ ਟਰੱਸਟ ਨਹੀਂ ਦਿਲਾਇਆ ਵੀ ਤੁਹਾਡਾ ਵੀਜ਼ਾ ਲੱਗ ਸਕਦਾ ਆਸਟ੍ਰੇਲੀਆ ਦਾ। ਬਟ ਇੱਥੇ ਆ ਕੇ ਮੈਨੂੰ ਇਹਨਾਂ ਨੇ ਹੋਪ ਦਿੱਤੀ ਵੀ ਤੁਹਾਡੀ ਪ੍ਰੋਫਾਈਲ ਠੀਕ ਹੈ, ਤੁਸੀਂ ਅਪਲਾਈ ਕਰੋ, ਤੁਹਾਡਾ ਸਟੱਡੀ ਵੀਜ਼ਾ ਆ ਜਾਏਗਾ। ਅਤੇ ਅੱਜ ਉਹ ਵੀ ਚੀਜ਼ ਮੈਨੂੰ ਦੇਖਣ ਨੂੰ ਮਿਲ ਰਹੀ ਹੈ, ਮੇਰਾ ਸਟੱਡੀ ਵੀਜ਼ਾ ਆ ਗਿਆ। ਮੈਂ ਜੇਮਸ ਕੁੱਕ ਯੂਨੀਵਰਸਿਟੀ ਬ੍ਰਿਸਬੇਨ MBA ਕੋਰਸ ਵਾਸਤੇ ਜਾ ਰਿਹਾ ਅਤੇ ਆਈ ਐਮ ਵੈਰੀ ਹੈਪੀ ਕਿ ਮੈਨੂੰ ਆਊਟਪੁੱਟ ਅੱਛੀ ਮਿਲੀ ਹੈ। ਮੈਂ ਇੱਥੋਂ ਅਪਲਾਈ ਕੀਤਾ VIEC ਚੰਡੀਗੜ੍ਹ ਤੋਂ। ਤੋ ਬਾਕੀ ਸਟੂਡੈਂਟਸ ਨੂੰ ਮੈਂ ਇਹੀ ਕਹੂੰਗਾ ਵੀ ਬਹੁਤ ਵਧੀਆ ਪ੍ਰੋਸਪੈਕਟ ਹੈ ਫਿਊਚਰ ਵਾਸਤੇ, ਤੁਸੀਂ ਜੇ ਆਸਟ੍ਰੇਲੀਆ ਜਾਣਾ ਤਾਂ ਬਿਫੋਰ ਗੋਇੰਗ ਟੂ ਐਨੀਵੇਅਰ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ। ਇਹਨਾਂ ਦੀ ਪੂਰੀ ਟੀਮ ਬਹੁਤ ਕੋਆਪਰੇਟਿਵ ਹੈ। ਮੈਨੂੰ ਇੱਥੇ ਜਸਟ 2 ਵਾਰੀ ਆਉਣਾ ਪਿਆ, ਜ਼ਿਆਦਾ ਇੱਥੇ ਚੱਕਰ ਵੀ ਨਹੀਂ ਲਗਾਉਣੇ ਪਏ, ਸਾਰਾ ਕੰਮ ਈਮੇਲਸ ਥਰੂ ਹੀ ਹੋ ਗਿਆ। ਤੋ ਸੋ ਵੀਡੀਓਜ਼ ਤੋਂ ਬਾਅਦ ਅੱਗੇ ਵਧਦੇ ਹਾਂ ਜੀ। ਪ੍ਰਸ਼ਾਂਤ ਜੀ, ਤੁਹਾਡੇ ਵੱਲ ਮੈਂ ਆਊਂਗਾ ਇਸ ਵਕਤ। ਬੱਚਿਆਂ ਨੇ ਇੱਕ ਸਪੈਸ਼ਲ ਸਵਾਲ ਪੁੱਛਿਆ ਜੀ ਵੀ ਆਸਟ੍ਰੇਲੀਆ ਜਾਣ ਵੇਲੇ ਸਾਨੂੰ ਰੀਜਨਲ ਏਰੀਆ ਸਿਲੈਕਟ ਕਰਨਾ ਚਾਹੀਦਾ। ਅਸੀਂ ਰੀਜਨਲ ਏਰੀਆ ਕਰ ਸਕਦੇ ਹਾਂ ਸਰ ਸਿਲੈਕਟ। ਰੀਜਨਲ ਏਰੀਆ ਦੇ ਵਿੱਚ ਇਹ ਹੈ ਕਿ ਫਾਇਦਾ ਇਹ ਹੁੰਦਾ ਬੱਚੇ ਦਾ ਕਿ ਹੁਣ ਰੀਜਨਲ ਏਰੀਆਜ਼ ਵੀ ਡਿਵੈਲਪ ਹੋ ਰਹੇ ਆ ਅਤੇ ਉੱਥੇ ਦੇ ਰੀਜਨਲ ਏਰੀਆਜ਼ ਅਗਰ ਬੱਚੇ ਸੁਣਦੇ ਤਾਂ ਰੀਜਨਲ ਦਾ ਮਤਲਬ ਇਹ ਹੈ ਕਿ ਇਤਨੇ ਪਿਛੜੇ ਇਲਾਕੇ ਨੇ, ਸਿਰਫ ਲੋ ਪਾਪੂਲੇਸ਼ਨ ਹੈ ਜੀ। ਰੀਜਨਲ ਦਾ ਇੱਥੋਂ ਦੀ ਬੱਚੇ ਦੇ ਭਾਵ ਨਾਲ ਨਾ ਸਮਝਿਆ ਜਾਏ ਕਿ ਇੱਥੋਂ ਦੀ ਰੀਜਨਲ ਏਰੀਆ। ਹਾਂਜੀ, ਇਸੇ ਪਰਥ ਨੂੰ ਆਪਾਂ ਰੀਜਨਲ ਏਰੀਆ ਕਾਊਂਟ ਕਰੀਏ ਤਾਂ ਪਰਥ 'ਤੇ ਤੁਸੀਂ ਅਗਰ ਵੈਬਸਾਈਟ 'ਤੇ ਗੂਗਲ 'ਤੇ ਜਾ ਕੇ ਕਦੇ ਦੇਖੋ ਪਰਥ ਹੈ ਕਿ ਉਹਦਾ, ਤਾਂ ਪਰਥ ਇੰਡੀਆ ਦੇ ਮੇਰੇ ਖਿਆਲ ਟੌਪ ਦੇ 10 ਵਰਲਡ ਦੇ ਸਿਟੀਜ਼ ਦੇ ਵਿੱਚ ਆਉਂਦਾ। ਤਾਂ ਰੀਜਨਲ ਸਿਰਫ ਇਹ ਹੁੰਦਾ ਉਹਨਾਂ ਦੇ ਏਰੀਆ ਦੇ ਵਿੱਚ ਪਾਪੂਲੇਸ਼ਨ ਘੱਟ ਹੈ, ਤਾਂ ਬੱਚੇ ਜਿਹੜੇ ਜਾਣਾ ਚਾਹੁੰਦੇ ਆ ਬਿਲਕੁਲ ਜਾ ਸਕਦੇ ਆ। ਉੱਥੇ ਜੋਬ ਓਪਰਚੁਨਿਟੀਜ਼ ਵੱਧ ਰਹੀ, ਜੋਬ ਓਪਰਚੁਨਿਟੀ ਦੇ ਨਾਲ ਨਾਲ PR 'ਚ ਕੋਈ ਫਾਇਦਾ ਹੋਊਗਾ। PR 'ਚ ਫਾਇਦਾ ਹੋ ਜਾਂਦਾ ਜੀ, ਕਦੀ ਕਦੀ ਸਟੇਟ ਸਪੋਂਸਰਸ਼ਿਪ ਆ ਜਾਂਦੀ ਹੈ। ਅਗਰ ਗਵਰਨਮੈਂਟ ਤੁਹਾਡੀ ਉਹ ਸਕਿੱਲ ਦੇਖਦੀ ਹੈ ਕਿ ਜੀ ਇਹ ਸਕਿੱਲ ਉਹਨਾਂ ਨੂੰ ਸ਼ਾਰਟੇਜ ਹੈਗੀ ਹੈ ਤਾਂ ਸਟੇਟ ਸਪੋਂਸਰਸ਼ਿਪ ਆ ਜਾਂਦੀ ਹੈ, ਤਾਂ ਕਦੀ ਕਦੀ PR ਦੇ ਲਈ ਐਕਸਟਰਾ ਪੁਆਇੰਟਸ ਵੀ ਮਿਲ ਜਾਂਦੇ, ਐਡੀਸ਼ਨਲ ਪੁਆਇੰਟਸ ਜਿਹੜੇ ਆਪਾਂ ਰਿਮੋਟ ਲੋਕੇਸ਼ਨ ਦੇ ਵਿੱਚ ਜਾਂਦੇ ਆ ਰੀਜਨਲ ਏਰੀਆ ਦੇ ਵਿੱਚ ਉਹ ਮਿਲ ਜਾਂਦੇ ਸੀ। ਸੇ ਉਹਨਾਂ ਨੂੰ ਫਾਇਦਾ ਹੁੰਦਾ। ਬਟ ਮੈਂ ਇਹੀ ਕਹਾਂਗਾ ਕਿ ਅਗਰ ਤੁਹਾਡਾ ਜਿਸੇ ਬ੍ਰਿਸਬਨ, ਐਡੀਲੇਡ ਅਤੇ ਅਗਰ ਪਰਥ ਆਪਾਂ ਮੇਨ 3 ਏਰੀਆਜ਼ ਦੀ ਗੱਲ ਕਰੀਏ, ਮੈਲਬਨ, ਸਿਡਨੀ ਛੱਡ ਦਈਏ, ਤਾਂ ਉਹਨਾਂ ਦੇ ਵਿੱਚ ਹੁਣ ਬੱਚੇ ਜਾਣਾ ਸ਼ੁਰੂ ਹੋ ਗਏ ਨੇ। ਸਰ ਹੁਣ ਮੈਲਬਨ, ਸਿਡਨੀ ਤੋਂ ਬੱਚੇ ਬਾਹਰ ਵੀ ਦੇਖ ਰਹੇ ਨੇ ਆਪਸ਼ਨਸ, ਤਾਂ ਉਹ ਬਹੁਤ ਵਧੀਆ ਸ਼ਹਿਰ, ਕੰਪੀਟੀਸ਼ਨ ਹੈ ਜੀ। ਜੋਬ ਥੋੜ੍ਹੀ ਜੀ ਮੈਂ ਕਹਾਂਗਾ ਕਿ ਰੀਜਨਲ ਏਰੀਆਜ਼ ਵਿੱਚ ਹੁਣ ਜ਼ਿਆਦਾ ਹੈ ਕਿਉਂਕਿ ਸਕੋਪ ਜ਼ਿਆਦਾ ਵੱਧ ਰਿਹਾ, ਤਾਂ ਬਿਲਕੁਲ ਬੱਚੇ ਇਨਰੋਲ ਕਰ ਸਕਦੇ ਨੇ ਜੀ। ਕੋਈ ਸਾਡੇ ਕੋਲ ਡਾਇਰੈਕਟ ਐਗਰੀਮੈਂਟਸ ਹੈ ਇਨ ਏਰੀਆਜ਼ ਦੀ ਯੂਨੀਵਰਸਿਟੀ ਨਾਲ, ਤਾਂ ਬੱਚੇ ਉਸ ਚੀਜ਼ ਦਾ ਫਾਇਦਾ ਉਠਾ ਸਕਦੇ ਆ। ਪਰਮੀਰ ਜੀ, ਇੱਕ ਸਵਾਲ, ਲਾਸਟ 1 ਮਿੰਟ ਬਚਿਆ ਹੈ। ਜਿਨ੍ਹਾਂ ਨੇ ਕੰਡੀਸ਼ਨਲ ਆਫਰ ਲੈਟਰ ਮੰਗਾ ਲਈ ਪਲੱਸ 2 ਜਾਂ BA ਵਾਲਿਆਂ ਨੇ ਆਸਟ੍ਰੇਲੀਆ ਜਾਣਾ ਹੈ ਰਿਜ਼ਲਟ ਤੋਂ ਪਹਿਲਾਂ, ਉਹਨੇ ਨੰਬਰ ਨਹੀਂ ਆ ਪਾਏ ਜਿੰਨੇ ਉਹਦੀ ਕੰਡੀਸ਼ਨ ਸੀ ਯੂਨੀਵਰਸਿਟੀ ਦੀ, ਕਿ ਜਦੋਂ ਦੂਜੀ ਯੂਨੀਵਰਸਿਟੀ ਜਾਂ ਕਾਲਜ 'ਚ ਦਾਖਲਾ ਲਊਗਾ ਉਹਨੂੰ ਕੋਈ ਪਹਿਲੀ ਆਫਰ ਲੈਟਰ ਦਾ ਨੁਕਸਾਨ ਤਾਂ ਨਹੀਂ ਹੋਏਗਾ? ਨਹੀਂ ਨਹੀਂ, ਉਹਦੇ ਨਾਲ ਕੋਈ ਕੰਸਰਨ ਨਹੀਂ ਹੈਗਾ। ਦੂਸਰੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਜਿੰਨੀ ਮਰਜ਼ੀ ਦੇ ਵਿੱਚ ਕਰੇ ਬੱਚਾ। ਓਕੇ, ਇੱਕ ਯੂਨੀਵਰਸਿਟੀ ਦੀ ਆਪਣਾ ਐਂਟਰੀ ਕ੍ਰਾਈਟੇਰੀਆ ਹੈਗਾ, ਜੇ ਉਹ ਫੈਲ ਕਰਦਾ ਉਹਦੇ ਵਿੱਚ ਫਾਲ ਕਰਦਾ ਉਹਨੂੰ ਐਡਮਿਸ਼ਨ ਮਿਲ ਜਾਂਦੀ ਹੈ, ਨਹੀਂ ਫਾਲ ਕਰਦਾ ਉਹਨੂੰ ਡਿਨਾਈ ਕਰ ਦਿੰਦੇ ਆ। ਜੀ, ਦੂਸਰੀ ਯੂਨੀਵਰਸਿਟੀ ਦਾ ਆਪਣਾ ਐਂਟਰੀ ਕ੍ਰਾਈਟੇਰੀਆ, ਉਹਦੇ ਵਿੱਚ ਜਾਏ ਬੱਚਾ ਉਹਨੂੰ ਐਡਮਿਸ਼ਨ ਮਿਲ ਜਾਂਦੀ ਹੈ। ਇਹਦੇ ਨਾਲ ਤਾਂ ਕੋਈ ਕੰਸਰਨ ਨਹੀਂ ਹੈ, ਸਿਰਫ ਤੇ ਸਿਰਫ ਉਹਦੀ ਐਮਬੈਸੀ ਦੇ ਵਿੱਚ ਨਹੀਂ ਫਾਈਲ ਲੱਗੀ ਹੋਣੀ ਚਾਹੀਦੀ। ਯੂਨੀਵਰਸਿਟੀ ਦੇ ਨਾਲ ਕੋਈ ਕੰਸਰਨ ਨਹੀਂ, ਬੱਚੇ ਨੂੰ ਘਬਰਾਉਣ ਦੀ ਲੋੜ ਨਹੀਂ। 110% ਉਹਦਾ ਵੀਜ਼ਾ ਵੀ ਆਏਗਾ, ਕਿਉਂਕਿ ਦੂਸਰੀ ਯੂਨੀਵਰਸਿਟੀ ਜਿਹੜੀ ਆਪਣੀ ਐਂਟਰੀ ਰਿਕੁਆਇਰਮੈਂਟ ਦੂਸਰੀ ਯੂਨੀ ਦੀ ਹੈਗੀ ਉਹ ਪੂਰੀ ਕਰ ਰਿਹਾ, ਬੱਚੇ ਨੂੰ ਵੀਜ਼ਾ ਮਿਲੇਗਾ, ਕੋਈ ਪ੍ਰੋਬਲਮ ਨਹੀਂ। ਥੈਂਕ ਯੂ ਪ੍ਰਸ਼ਾਂਤ ਜੀ ਸਟੂਡੀਓ ਦੇ ਵਿੱਚ ਆਉਣ ਲਈ। ਔਰ ਪਰਮਿਰ ਜੀ ਤੁਹਾਡਾ ਵੀ ਧੰਨਵਾਦ, ਬੀਂਗ ਏ VIEC ਤੁਸੀਂ ਅੱਜ ਇੱਥੇ ਬੈਠੇ ਔਰ ਕਾਫੀ ਜਾਣਕਾਰੀ ਆਸਟ੍ਰੇਲੀਆ ਸੰਬੰਧੀ ਦਿੱਤੀ। ਇਹ ਕੰਪਨੀ ਆਸਟ੍ਰੇਲੀਆ ਦੇ ਨਾਲ ਸੰਬੰਧ ਰੱਖਣ ਵਾਲੀ, ਡਾਇਰੈਕਟ ਟਾਈਅਪਸ ਵਾਲੀ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਬੈਠੀ ਹੈ, ਤੁਸੀਂ ਇਹਨਾਂ ਤੋਂ ਫਰੀ ਆਫ ਕਾਸਟ ਅਸੈਸਮੈਂਟ ਕਰਾ ਕੇ ਬਿਨਾਂ ਕੋਈ ਪ੍ਰੋਸੈਸਿੰਗ ਫੀਸ ਦਿੱਤੇ ਆਸਟ੍ਰੇਲੀਆ ਜਾ ਸਕਦੇ ਹੋ। ਸ਼ੋਅ ਇੱਥੇ ਖਤਮ ਕਰ ਰਹੇ ਆਪਣੇ ਦੋਸਤ ਤਰਨਵੀਰ ਸੁੰਦਰ ਨੂੰ ਅੱਗੇ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।